ਪਿਆਰੇ ਦਰਸ਼ਕੋ, ਪੰਜਾਬਨਾਮਾ ਸ਼ੋਅ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਸਾਡੇ ਨਾਲ ਉੱਘੇ ਸਮਾਜ ਸ਼ਾਸਤਰੀ ਡਾਕਟਰ ਪਿਆਰਾ ਲਾਲ ਗਰਗ ਹਨ। ਉਹਨਾਂ ਨਾਲ ਦੋ ਅਹਿਮ ਮੁੱਦਿਆਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾ ਮਾਮਲਾ ਜਿਹੜਾ ਉਹ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਦਾ ਹੈ। ਇਹ ਮਾਮਲਾ ਇਸ ਸਰਕਾਰ ਦੇ ਆਉਣ ਤੋਂ ਪਹਿਲਾਂ ਦਾ, 4.5 ਸਾਲ ਦੇ ਵਿੱਚ ਵੀ ਇਹ ਮਾਮਲਾ ਨਹੀਂ ਸੁਲ ਸਕਿਆ। ਇਹ ਮਾਮਲਾ ਉਲਝਦਾ ਕਿਉਂ ਗਿਆ? ਪ੍ਰਾਈਵੇਟ ਕਾਲਜਾਂ ਨੇ ਜਿਹੜਾ ਵਿਦਿਆਰਥੀਆਂ ਦੇ ਰੋਲ ਨੰਬਰ ਰੋਕਣ ਦਾ ਫੈਸਲਾ ਕਰ ਲਿਆ ਸੀ, ਹੁਣ ਅੱਜ ਉਹਨਾਂ ਨੇ ਸਹਿਮਤੀ ਦਿੱਤੀ ਵੀ ਅਸੀਂ ਰੋਲ ਨੰਬਰ ਨਹੀਂ ਰੋਕਾਂਗੇ। ਰੋਲ ਨੰਬਰ ਰੋਕਣ ਤੋਂ ਅੱਗੇ ਡਿਗਰੀਆਂ ਦਾ ਮਾਮਲਾ ਆ ਜਾਏਗਾ। ਇਹ ਮਾਮਲਾ ਕਿਉਂ ਨਹੀਂ ਸੁਲਝਿਆ? ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਵੀ ਇਹ ਮਾਮਲਾ ਉਲਝ ਇੰਨਾ ਉਲਝ ਗਿਆ, ਕਿਉਂ ਇੰਨਾ ਉਲਝਦਾ ਜਾ ਰਿਹਾ? ਕੇਂਦਰ ਸਰਕਾਰ ਕਹਿੰਦੀ ਵੀ ਅਸੀਂ ਜਿਹੜਾ ਪੰਜਾਬ ਨੂੰ ਪੈਸਾ ਦੇਣਾ ਸੀ ਦੇ ਦਿੱਤਾ, ਅੱਜ ਵਿਜੇ ਸਾਂਪਲਾ ਨੇ ਇਸ ਮਾਮਲੇ ਦੇ ਉੱਪਰ ਕਲੈਰੀਫਿਕੇਸ਼ਨ ਦਿੱਤੀ ਹੈ, ਅਤੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਵੀ 1500 ਕਰੋੜ ਤੋਂ ਵੱਧ ਰੁਪਈਆ ਕੇਂਦਰ ਨੇ ਦੇਣਾ। ਕੀ ਕਹਿਣਾ, ਕਿਵੇਂ ਸੋਚਦੇ ਤੁਸੀਂ ਇਸ ਮੁੱਦੇ ਦੇ ਉੱਪਰ? ਦੇਖੋ ਜੰਮੂ ਜੀ, ਇਹ ਨਾ ਬਹੁਤ ਵੱਡਾ ਘਪਲਾ ਹੋਇਆ ਹੋਇਆ ਇਹਦੇ 'ਚ। ਹਾਂਜੀ, ਸਕਾਲਰਸ਼ਿਪ ਸਕੈਮ ਹੈ ਜਿਹ 'ਚ ਇੰਸਟੀਟਿਊਸ਼ਨਾਂ ਸ਼ਾਮਿਲ ਨੇ, ਮਹਿਕਮਾ ਸ਼ਾਮਿਲ ਹੈ, ਅਤੇ ਉਹਦੇ 'ਚ ਜਿਹੜੇ ਕੁਛ ਸ਼ਾਇਦ ਵਿਦਿਆਰਥੀ ਵੀ ਨਾਲ ਉਹਨਾਂ ਦੇ ਰਲੇ ਹੋਏ ਹੋਣ, ਬਾਕੀ ਵਿਦਿਆਰਥੀ ਸਫ਼ਰ ਕਰ ਰਹੇ ਨੇ। ਹਾਂਜੀ, ਇਹ ਜਿਹੜਾ ਸਕਾਲਰਸ਼ਿਪ ਜਿਹੜਾ ਪ੍ਰੈਜੈਂਟ ਸਿਸਟਮ ਹੈ, ਇਹ ਸ਼ੁਰੂ ਕਰਿਆ ਸੀ ਇਹਨਾਂ ਨੇ 2011-12 'ਚ UPA ਸਰਕਾਰ ਨੇ। ਹਾਂਜੀ, ਉਦੋਂ ਇਹ 100% ਸੈਂਟਰਲੀ ਸਪੌਂਸਰਡ ਸੀਗਾ। ਹਾਂਜੀ, ਜਦ ਇਹ ਆਪਣੀ ਨਵੀਂ ਸਰਕਾਰ ਆਈ NDA ਦੀ, ਇਹਨਾਂ ਨੇ ਆਉਣ ਸਾਰ ਕਹਿਤਾ ਵੀ ਅਸੀਂ ਤਾਂ 90% ਦੇਵਾਂਗੇ, 10% ਸਟੇਟਾਂ ਪਾਉਣ ਪਹਿਲੇ ਸਾਲ ਤਾਂ। ਅਗਲੇ ਸਾਲ ਕਹਿਤਾ ਵੀ 60-40 ਦੇਵਾਂਗੇ ਅਸੀਂ। ਹਾਂਜੀ, ਉਸ ਸਕੀਮ ਨੂੰ ਆਪ ਹੀ ਤੋੜਤਾ ਇਹਨਾਂ ਨੇ। ਹੁਣ ਜਿਹੜੀ ਸਕੀਮ ਸੈਂਟਰ ਨੇ ਚਾਲੂ ਕਰੀ ਸੀ, ਉਹਦੀ ਲਾਇਬਿਲਟੀ ਇੱਕ ਤਾਂ ਸੈਂਟਰ ਦੀ ਬਣਦੀ ਸੀ, ਪੂਰਤ ਕਰਨਾ ਸੀ, ਫਿਰ 17-18 'ਚ ਆ ਕੇ ਕਹਿਤਾ ਵੀ ਇਸ ਤਾਂ ਦੇਣਾ ਹੀ ਕੁਛ ਨਹੀਂ ਤੁਹਾਨੂੰ, ਜਿੰਨਾ ਪੈਸਾ ਤੁਸੀਂ ਪਹਿਲਾਂ ਸੈਂਟਰ ਅਤੇ ਸਟੇਟ ਦਾ ਖਰਚ ਦਿਖਾਇਆ ਹੈ, ਉਹਨਾਂ ਪਹਿਲਾਂ ਆਪਦੇ ਕੋਲੋਂ ਕੁੱਲ ਖਰਚਾ ਕਰੋ, ਜੇ ਉਸ ਤੋਂ ਵੱਧ ਕੋਈ ਹੋਏਗਾ ਫਿਰ ਅਸੀਂ ਦੇਵਾਂਗੇ। ਹਾਂਜੀ, ਇਹ 17-18 'ਚ ਪੂਰੀ ਨੋਟੀਫਿਕੇਸ਼ਨ ਕਰਤੀ। ਹੁਣ ਆ ਕੇ ਇਹਨਾਂ ਨੇ ਕਰਿਆ, ਕਿਉਂਕਿ ਕੇਂਦਰ ਨੇ ਕਰਤਾ ਇਹ ਪਿਛਲੇ ਸਾਲ ਦਸੰਬਰ ਦੇ ਵਿੱਚ 2020 'ਚ, ਇਹਨਾਂ ਨੇ ਕਿਹਾ ਵੀ ਚਲੋ ਅਸੀਂ 60% ਦੇ ਹਿਸਾਬ ਨਾਲ ਦਿਆਂਗੇ, ਹੋਰ ਕਰਾਂਗੇ ਇਹ ਸਾਰਾ, ਪਰ 21 ਤੋਂ ਲੈ ਕੇ 26 ਤੱਕ, ਇਹਨਾਂ ਨੇ ਕਿਹਾ 21 ਤੋਂ ਲੈ ਕੇ 25-26 ਤੱਕ। ਹੁਣ ਇਹਦੇ ਵਿੱਚ ਸਮੱਸਿਆ ਕਿੱਥੇ ਹੈ? ਸਮੱਸਿਆ ਇਹ ਹੈ ਕਿ ਪਿਛਲੀ ਸਰਕਾਰ ਜਿਹੜੀ ਪੰਜਾਬ ਦੀ ਸੀ, ਉਸ ਵੇਲੇ ਇੰਸਟੀਟਿਊਸ਼ਨਾਂ ਨੇ ਇਹ 'ਚ ਸਕੈਮ ਕਰੇ, ਕੁਛ ਇੰਸਟੀਟਿਊਸ਼ਨਾਂ ਤੋਂ ਰਿਕਵਰੀ ਵੀ ਹੋ ਗਈ, ਕੁਛ ਦੇ ਕੰਨੀ ਅਜੇ ਵੀ ਤਕਰੀਬਨ ਕਾਫੀ ਸਾਰਾ ਪੈਸਾ ਜਿਹੜਾ 600 ਕਰੋੜ ਰੁਪਏ ਦੇ ਲਾਗੇ ਚੱਗੇ ਰਿਕਵਰੀ ਦਾ ਪਿਆ ਸੀ, ਜਿਹੜਾ ਇਹਨਾਂ ਦੇ ਕਾਗਜ਼ੀ ਪੱਤਰੀ ਇਹਨਾਂ ਨੇ ਕੱਢਿਆ ਹੋਇਆ ਸੀ, ਉਹ ਵੀ ਇਹਨਾਂ ਨੂੰ ਵਾਪਸ ਨਹੀਂ ਪਿਆ ਰਿਕਵਰੀ, ਉਹ ਸਰਕਾਰ ਨੇ ਖੜੀ ਹੋਈ। ਇੰਸਟੀਟਿਊਸ਼ਨਾਂ ਕੀ ਕਰਦੀਆਂ ਨੇ? ਝੂਠੇ ਬੱਚੇ ਦਾਖਲ ਕਰਾ ਕੇ ਦਿਖਾ ਕੇ ਵੀ ਐਸੀ ਬੱਚੇ ਨੇ ਜੀ, ਉਹਦਾ ਸਕਾਲਰਸ਼ਿਪ ਕਲੇਮ ਕਰੀ ਜਾਂਦੇ ਆਪਦੇ ਕੋਲ ਲੈ ਲੈਂਦੀਆਂ ਨੇ, ਅਤੇ ਦੂਜੀ ਗੱਲ ਉਹ ਬੱਚੇ ਤੋਂ ਵੀ ਪੈਸੇ ਲੈ ਲੈਂਦੇ ਨੇ ਅਤੇ ਸਰਕਾਰ ਤੋਂ ਵੀ ਲੈ ਲੈਂਦੇ ਨੇ, ਇੱਦਾਂ ਹੀ ਬੱਚੇ ਕਰਦੇ ਨੇ, ਨਾ ਕਾਲਜ ਨੂੰ ਫੀਸ ਦਿੰਦੇ ਨੇ, ਜਦ ਉਹਨਾਂ ਦੇ ਖਰਚੇ ਪੈਸੇ ਚਲੇ ਜਾਂਦੇ ਨੇ ਉਹ ਕਾਲਜ ਨੂੰ ਵਾਪਸ ਨਹੀਂ ਕਰਦੇ। ਸੋ ਇਹ ਸਾਰਾ ਪਾਸਾ ਜਿਹੜਾ ਹੈ ਇਹ ਬੇਈਮਾਨੀ ਠੱਗੀ ਚੋਰੀ ਚੱਲ ਰਹੀ ਹੈ ਇਹਦੇ, ਕਿਉਂਕਿ ਰੈਗੂਲਰਟੀ ਨਹੀਂ ਹੈ, ਹਰ ਇੱਕ ਵਰਗ ਕਦੇ ਕਿਸੇ ਨੇ ਬਦਲਤਾ ਜੀ, ਹੁਣ ਆਨਲਾਈਨ ਦੇਵਾਂਗੇ ਹੁਣ ਕਿਸੇ ਦੇ। ਇੱਕ ਪਿਛਲੇ ਸਾਲ ਇੱਕ ਇਨਕੁਆਇਰੀ ਕਰੀ ਸੀਗੀ, ਕਿਰਪਾ ਸਿੰਘ ਸਰੋਜ, ਹਾਂਜੀ, ਕਿਰਪਾ ਸਿੰਘ ਸਰੋਜ ਜਿਹੜਾ ਆਪਦਾ ਇੱਕ ਬਾਇਸ ਸੀ, ਉਸਨੇ ਕਰਕੇ ਇਨਕੁਆਇਰੀ ਇਹ ਕਹਿਤਾ ਵੀ ਇਹ ਤਾਂ ਜਿਹੜਾ ਸਕੈਮ ਹੈ ਇਹ ਸਿਰਫ 8 ਮਹੀਨਿਆਂ ਤੋਂ ਸ਼ੁਰੂ ਹੋਇਆ ਹੈ, ਇਹ ਉਦੋਂ ਤੋਂ ਸ਼ੁਰੂ ਹੋਇਆ ਜਿੱਦੇ ਤੋਂ ਇੱਕ ਡਿਪਟੀ ਡਾਇਰੈਕਟਰ ਬਦਲਤਾ, ਨਵਾਂ ਡਿਪਟੀ ਡਾਇਰੈਕਟਰ ਲਾਤਾ, ਜਿਵੇਂ ਡਿਪਟੀ ਡਾਇਰੈਕਟਰ ਹੀ ਸਾਰੀ ਚੋਰੀ ਕਰਦਾ ਹੁੰਦਾ ਹੈ। ਉਹਦੇ 'ਚ ਉਹਨੇ ਇੱਕ ਹੋਰ ਕਲੇਮ ਕਰਿਆ ਕਿ ਮੈਂ 106 ਕਰੋੜ ਰੁਪਏ ਬੱਚਿਆਂ ਦੇ ਖਾਤੇ ਭੇਜਤੇ, ਜਿਹੜੇ 14-15 ਔਰ 15-16 ਦੇ ਬੱਚੇ ਸੀ, ਉਹਨੂੰ ਪੁੱਛੋ ਵੀ ਖਾਤੇ ਕਿੱਥੇ ਨੇ, ਕਿੱਥੇ ਗਏ ਨੇ, ਕੋਈ ਉਹਦੀ ਉਹ ਨਹੀਂ ਹੈ, ਉਹ ਮਤਲਬ ਆਪ ਉਹਦੇ ਬਾਰੇ ਨੋਨ ਆ ਵੀ ਉਹ ਕੀ ਕੁਛ ਕਰਦਾ ਰਿਹਾ ਆਪਦੀ ਸਰਵਿਸ ਦੇ ਦੌਰਾਨ, ਕਿਹੋ ਜਿਹੇ ਈਵਨ ਐਜੂਕੇਸ਼ਨ 'ਚ ਸਕੈਮ ਕਿਹੋ ਜਿਹੇ ਨੇ। ਸੋ ਇਸ ਕਰਕੇ ਇਹ ਸਕੈਮਸਟਰ ਸਕੈਮਾਂ ਦੇ ਲੜਾਈ ਕਰ ਰਹੇ ਨੇ, ਬੇਸਿਕਲੀ ਬੱਚਿਆਂ ਦਾ ਇਹਦੇ 'ਚ ਕੁੰਡਾ ਹੋ ਰਿਹਾ। ਕੇਂਦਰ ਸਰਕਾਰ ਨੇ ਜਿਹੜੇ ਪੈਸੇ ਦੇਣੇ ਸੀ 600 ਕਰੋੜ ਦੇ ਵਿੱਚੋਂ 347 ਕਰੋੜ ਕਰੀਬ ਇਹਨਾਂ ਦਾ 15-16 ਦਾ ਪੈਂਡਿੰਗ ਪਿਆ ਸੀ, ਫਿਰ 16-17 ਦਾ, ਫਿਰ 17-18, 18-19, ਇਹਨਾਂ ਨੂੰ ਸਾਰਿਆਂ ਨੂੰ ਜੋੜ ਕੇ ਪਿਛਲੇ ਸਾਲ ਤੱਕ ਅਮਾਊਂਟ 1850 ਕਰੋੜ ਰੁਪਏ ਕੇਂਦਰ ਵੱਲ ਆਉਂਦੀ ਸੀ, ਜੇ ਸਾਡੀ ਨਹੀਂ ਹੈ ਕਿੰਨੋ ਦੇਣੀ ਨਹੀਂ, ਤੁਸੀਂ ਉਹ ਵੀ ਦਿਓ ਪਿਛਲੀ, ਹੁਣ ਵੀ ਉਹ ਇਹੀ ਚਿੱਠੀ ਲਿਖ ਰਹੇ ਭਾਵੇਂ ਚਾਲੂ ਕਰਤਾ, ਜਿਹੜੇ ਵਿੱਚ ਵਿਚਾਲੇ 3 ਸਾਲ ਦਾ ਤੁਸੀਂ ਰੋਕ ਰੱਖਿਆ ਉਹ ਪੈਸਾ ਦਿਓ, ਤੇ ਕੇਂਦਰ ਨੂੰ ਦੇਣਾ ਬਣਦਾ ਹੀ ਹੈ। ਕੇਂਦਰ ਪੁਰਾਣਾ ਪੈਸਾ 20 ਮੀਲ ਚ ਰਿਲੀਜ਼ ਕਰ ਕੇ ਜੀ ਸਾਨੂੰ ਛੁੱਟੀ ਦਾ ਟਿਕਟ ਨਹੀਂ ਦਿੱਤਾ, ਸ਼ਰਤਾਂ ਦਾ ਹੀ ਹੋਰ ਸੀ ਵਿੱਚ ਸਾਰੇ ਕਾਸੀ ਇੰਸਟੀਟਿਊਸ਼ਨਾਂ ਜਿਹੜੀਆਂ ਨੇ ਇਹਨਾਂ ਨੂੰ ਇਹਨਾਂ ਨੇ ਪਿਛਲੇ ਸਾਲ ਫੈ ਫੈਸਲਾ ਕਰਤਾ ਵੀ ਚਲੋ ਇੰਸਟੀਟਿਊਸ਼ਨਾਂ ਨੂੰ ਪੈਸੇ ਰਿਲੀਜ਼ ਕਰ ਦਿਓ, ਪਰ ਉਹਨਾਂ ਕੰਨੀ ਜਿਹੜਾ ਬਕਾਇਆ ਕੱਢਿਆ ਹੋਇਆ ਉਹਨੇ ਕੱਟ ਲਓ, ਅਤੇ ਨਾਲ 9% ਇੰਟਰਸਟ ਲੈ ਲਓ ਉਹਨਾਂ ਤੋਂ ਜਿਹਦੇ ਨਾਲ ਉਹਨਾਂ ਨੇ ਵਾਧੂ ਲਿਆ ਹੋਇਆ ਪੈਸਾ, ਅਤੇ ਉਹ ਕਿੰਨਾ ਆਇਆ ਕਿੰਨਾ ਨਹੀਂ ਕੋਈ ਪਬਲਿਕ ਡੋਮੇਨ 'ਚ ਪਲੇਸ ਨਹੀਂ ਕਰਦੇ, ਫਿਗਰ ਦੇ ਦਿੰਦੇ ਨੇ, ਕਦੇ ਕੋਈ ਫਿਗਰ ਦਿੰਦੇ ਨੇ ਕਦੇ ਕੋਈ ਫਿਗਰ ਦਿੰਦੇ ਨੇ,
ਪਹਿਲਾਂ 2019 ਤੱਕ ਜਿਹੜੀ ਫਿਗਰ ਸੀ ਉਹ 1850 ਕਰੋੜ ਦੀ ਸੀ ਸੈਂਟਰ ਵੱਲ, ਸੈਂਟਰ ਦਾ ਹਿੱਸਾ ਸੀ। ਹਾਂਜੀ, ਹੁਣ ਉਹ ਕਹਿੰਦੇ ਨੇ 1500-1600 ਕਰੋੜ ਹੈ। ਹਾਂਜੀ, ਇਹਦਾ ਮਤਲਬ ਇਹਨਾਂ ਨੂੰ, ਸਰਕਾਰ ਨੂੰ ਤਾਂ ਆਪ ਹੀ ਨਹੀਂ ਪਤਾ ਕਿੰਨਾ। ਅਗਲੀ ਗੱਲ, ਜਿਹੜਾ ਇਹ ਕਹਿੰਦੇ ਨੇ ਬੱਚਾ, ਕੋਈ ਕਹਿੰਦਾ ਜੀ 4 ਲੱਖ ਬੱਚਾ ਸੀ, ਕੋਈ ਕਹਿੰਦਾ ਸੀ 3.5 ਲੱਖ ਬੱਚਾ ਸੀ, ਹੁਣ 1.5 ਲੱਖ ਰਹਿ ਗਿਆ, ਕੋਈ ਕਹਿੰਦਾ 2 ਲੱਖ ਰਹਿ ਗਿਆ। ਇਹਦਾ ਮਤਲਬ ਇਹ ਸਾਰੇ ਦਾ ਸਾਰਾ ਨਾ ਕਾਗਜ਼ੀ ਪੱਤਰੀ ਕੰਮ ਚੱਲਦਾ। ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਮੈਂ ਵੀ ਕਿਵੇਂ ਸਕੈਮ ਸ਼ੁਰੂ ਹੋਇਆ। ਇਹ ਮੈਡੀਕਲ ਐਜੂਕੇਸ਼ਨ ਸਭ ਤੋਂ ਪਹਿਲਾਂ ਹੋਇਆ 2012 ਦੇ ਵਿੱਚ, ਜਿਹੜੇ ਮੈਡੀਕਲ ਐਜੂਕੇਸ਼ਨ ਨੇ 3 ਕਰੋੜ ਰੁਪਇਆ ਰਿਲੀਜ਼ ਕਰਿਆ ਸੀ, ਉਹ 2013 ਚ 30 ਕਰੋੜ ਹੋ ਗਿਆ ਵੱਧ ਕੇ। ਹੁਣ ਮੈਡੀਕਲ ਚ ਤਾਂ ਜਿਹੜੀਆਂ ਐਡਮਿਸ਼ਨਾਂ ਨੇ ਉਹ ਪੱਕੀਆਂ ਸੀਟਾਂ ਨੇ ਨੰਬਰ, ਬਿਲਕੁਲ ਬਿਲਕੁਲ ਜੀ। ਉਹਦੇ ਵਿੱਚ ਜਿਹੜੇ ਰਿਜ਼ਰਵ ਬੱਚੇ ਉਹਨੇ ਉਹ ਵੀ ਨੰਬਰ ਫਿਕਸ ਲਾਇਆ। 2.5 ਲੱਖ ਜਿਹਦੀ ਆਮਦਨ ਹੋਵੇ ਪਰਿਵਾਰ ਦੀ, ਉਸ ਤੋਂ 2.5 ਲੱਖ ਜਾਂ 2.5 ਲੱਖ ਤੋਂ ਘੱਟ ਵਾਲੇ ਨੂੰ ਉਦੋਂ ਦੇਣਾ ਸੀ। ਤੋ 3 ਦਾ 30 ਕਿਵੇਂ ਹੋ ਗਿਆ? ਅਜੇ ਤੱਕ ਇਨਵੈਸਟੀਗੇਸ਼ਨ ਨਹੀਂ ਹੋਈ। ਠੀਕ, ਕਿਉਂਕਿ ਉਸ ਵਕਤ ਦਾ ਜਿਹੜਾ ਡਾਇਰੈਕਟਰ ਸੀ ਉਹਨੇ ਕਈ ਪਾਸੇ ਸਕੈਮ ਕਰੇ ਸੀ। 4 ਲੱਖ ਰੁਪਇਆ ਤਾਂ ਉਹਨੂੰ ਆਪਦੇ ਇਲੀਗਲ ਪੈਸੇ TAD ਵਗੈਰਾ ਦੇ ਲੈਣ ਦਾ ਜਮ੍ਹਾਂ ਕਰਾਉਣਾ ਪਿਆ, ਪੈਟਰੋਲ ਚਾਰਜਸ ਦਾ। ਮੈਂ ਤਾਂ ਉਹਦੀ ਉਹ ਹੋਈ, ਅਜੇ ਵੀ ਉਹਦੇ ਰਿਟਾਇਰਮੈਂਟ ਆਰਡਰ 'ਚ ਲਿਖਿਆ ਹੋਇਆ ਵੀ ਇਹਨੂੰ ਚਾਰਜਸ਼ੀਟ ਕਰਨ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਰਿਟਾਇਰ ਹੋ ਗਿਆ। ਸੋ ਜਦ ਤੁਸੀਂ ਇਹੋ ਜਿਹੇ ਬੰਦੇ ਬਿਠਾ ਰੱਖੇ ਨੇ, ਤੁਸੀਂ ਉਹਦੀ ਇਨਕੁਆਇਰੀ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪੋਲੀਟੀਕਲ ਆਕਾ ਉਹਨਾਂ ਦੀ ਸਪੋਰਟ ਕਰਦੇ ਨੇ ਜਾਂ ਐਡਮਿਨਿਸਟ੍ਰੇਟਿਵ ਆਕਾ ਉਹਨਾਂ ਦੀ ਸਪੋਰਟ ਕਰਦੇ ਨੇ। ਸੋ ਜੇ 3 ਕਰੋੜ ਦਾ 30 ਕਰੋੜ ਇੱਕ ਛੋਟਾ ਜਿਹਾ ਮਤਲਬ ਵਿਭਾਗ ਹੈ ਮੈਡੀਕਲ ਐਜੂਕੇਸ਼ਨ, ਕਿਉਂਕਿ MBBS ਤੇ ਨਰਸਿੰਗ ਦੇ ਸਟੂਡੈਂਟ ਹੀ ਨੇ ਨਾ। ਜੇ ਆਪਾਂ ਕਾਲਜ ਆਮ ਦੇਖਾਂਗੇ, ਜਨਰਲ ਕਾਲਜ ਤਾਂ ਗਿਣਤੀ ਬਹੁਤ ਜ਼ਿਆਦਾ, ਇੰਜੀਨੀਅਰਿੰਗ ਦੇ, ਪੋਲੀਟੈਕਨਿਕ ਦੇ, ITI ਦੇ, IIT ਦੇ, ਉਹ ਤਾਂ ਬਹੁਤ ਹੀ ਜ਼ਿਆਦਾ ਗਿਣਤੀ ਹੈ। ਜਿਹੜੀਆਂ ITIs ਨੇ ਆਪਾਂ ਨੂੰ ਪਤਾ ਹੀ ਹੈ ਕਿੰਨੀਆਂ ਨੇ, 250-300 ਤਾਂ ਇੰਜੀਨੀਅਰ ਕਾਲਜ ਬਣਿਆ ਪਿਆ, 280-285, ਉਹਦੇ ਵਿੱਚ ਸਾਰਿਆਂ 'ਚ ਹੀ ਪੋਲੀਟੈਕਨਿਕ ਵੀ ਹੈਗਾ। ਸੋ ਲੱਖਾਂ ਸਟੂਡੈਂਟ ਉਹਨਾਂ 'ਚ ਸਟੱਡੀ ਕਰਦਾ, ਉਹਨਾਂ 'ਚੋਂ SC ਸਟੂਡੈਂਟ ਬਹੁਤ ਜ਼ਿਆਦਾ ਨੇ। ਉਹਨਾਂ ਨੂੰ ਜੇ ਅਸੀਂ ਦੇਖੀਏ, ਉਹ ਪ੍ਰਾਈਵੇਟ ਇੰਸਟੀਟਿਊਸ਼ਨਾਂ ਨੇ ਸਾਰੀਆਂ, ਅਤੇ ਪ੍ਰਾਈਵੇਟ ਇੰਸਟੀਟਿਊਸ਼ਨਾਂ 'ਚ ਇੱਕ ਬਹੁਤ ਵੱਡਾ ਇਹ ਆਮ ਹੀ ਚੱਲ ਰਿਹਾ ਕਿ ਬੱਚਿਆਂ ਦੇ ਨਾਂ 'ਤੇ ਝੂਠੇ ਦਾਖਲ ਕਰ ਦਿਓ, ਦਿਖਾ ਦਿਓ ਬੱਚਿਆਂ ਦੇ ਨਾਂ ਦੇ ਉੱਤੇ ਇੰਸਟੀਟਿਊਸ਼ਨ। ਫਿਰ ਕਈ ਵਾਰੀ ਬੱਚਿਆਂ ਨੂੰ ਮਿਲ ਕੇ ਵੀ ਚੱਲ ਥੋੜ੍ਹੇ ਜਿਹੇ ਪੈਸੇ ਤੁਹਾਨੂੰ ਮਿਲ ਜਾਣਗੇ, ਥੋੜ੍ਹੇ ਜਿਹੇ ਮੈਨੂੰ ਮਿਲ ਜਾਣਗੇ, ਆਪਾਂ ਮਾਰ ਲਓ ਠੱਗੀ, ਬੱਚੇ ਵੀ ਚਾਰ ਹੋ ਜਾਂਦੇ ਨੇ। ਰੋਕਣ ਦਾ ਤਰੀਕਾ ਤਾਂ ਲੱਭਿਆ ਸੀ ਵੀ ਆਧਾਰ ਕਾਰਡ ਜਿਹੜਾ ਇਹਦੇ 'ਚ ਮੈਂਡੇਟਰੀ ਕੀਤਾ ਜਾਵੇ, ਤਾਂ ਕਿ ਇਹਦੇ ਵਿੱਚ ਅੱਗੇ ਹੇਰਾਫੇਰੀ ਨਾ ਹੋ ਸਕੇ, ਪਹਿਲਾਂ ਜਿੰਨੀ ਹੋ ਗਈ ਆ ਉਹ ਵੱਖਰੀ ਆ, ਅੱਗੇ ਨਾ ਹੋ ਸਕੇ, ਇਹਦੇ ਨਾਲ ਕੋਈ ਫਰਕ ਨਹੀਂ ਪਿਆ? ਦੇਖੋ, ਜਿੱਥੋਂ ਤੱਕ ਆਧਾਰ ਕਾਰਡ ਮੈਂਡੇਟਰੀ ਕਰਨਾ, ਟ੍ਰਾਂਸਫਰ ਕਰਨਾ, ਇਹ ਆਧਾਰ ਕਾਰਡ ਜਿਹੜੇ ਨਾ, ਆਧਾਰ ਕਾਰਡਾਂ ਦਾ ਸਕੈਮ ਵੀ ਆਪਾਂ ਬਥੇਰਾ ਦੇਖਿਆ। ਹਾਂਜੀ, ਇੰਨੀ ਨਾ ਆਪਾਂ ਸਿੰਪਲ ਗੱਲ ਸਮਝੀਏ ਇਸਨੂੰ, ਆਧਾਰ ਕਾਰਡ ਦੇ ਜੋ ਕੁਛ ਹੋ ਰਿਹਾ ਇਹਦੇ ਵਿੱਚ ਇਸ਼ੂ ਕਿੱਥੇ ਹੈ? ਇਸ਼ੂ ਹੈ ਪ੍ਰੋਪਰ ਮੋਨੀਟਰਿੰਗ। ਪ੍ਰੋਪਰ ਮੋਨੀਟਰਿੰਗ ਕਿਵੇਂ ਹੁੰਦੀ ਹੈ? ਵੀ ਤੁਸੀਂ ਬੱਚਿਆਂ ਦਾ ਐਡਰੈਸ ਦਿੱਤਾ ਹੈ, ਬੱਚਿਆਂ ਦਾ ਨਾਮ ਦਿੱਤਾ ਹੈ, ਤੁਸੀਂ ਉੱਥੋਂ ਦੇ ਡਿਪਟੀ ਕਮਿਸ਼ਨਰ ਦੇ ਕੰਸਰਨਡ SDM ਦੀ ਡਿਊਟੀ ਲਾਓ ਕਿ ਉਹ ਪਿੰਡ ਦਾ ਸਰਪੰਚ ਲਿਖ ਕੇ ਦੇਵੇ ਕਿ ਹਾਂਜੀ ਇਹ ਬੱਚਾ ਉਹ ਫਲਾਣੇ ਕਾਲਜ 'ਚ ਪੜ੍ਹਦਾ, ਇੰਡੀਪੈਂਡੈਂਟ ਲਿਖ ਕੇ ਦੇਵੇ ਫਲਾਣੇ ਕਾਲਜ ਬੱਚੇ ਨੂੰ ਪੁੱਛ ਕੇ, ਬੱਚੇ ਤੋਂ ਲਿਖਾ ਕੇ ਲਵੇ, ਤੁਹਾਡੇ ਕੋਲੋਂ ਇਕੱਠਾ ਹੋ ਜੂਗਾ, ਉਹਨੂੰ ਐਨਾਲਾਈਜ਼ ਕਰ ਲਓ, ਇਹ ਕੋਈ ਔਖਾ ਕੰਮ ਨਹੀਂ ਹੈ। ਆਧਾਰ ਕਾਰਡ ਉਹਦੇ ਕੋਲ ਹੈ ਨਹੀਂ ਹੈ, ਉਹਦੇ ਬਾਪ ਕੋਲ ਹੈ ਨਹੀਂ ਹੈ, ਏਡਾ ਵੱਡਾ ਇਸ਼ੂ ਨਾ ਬਣਾਓ। ਇਸ਼ੂ ਇਹ ਬਣਾਓ ਕਿ ਜਿਹੜੇ ਬੱਚਿਆਂ ਨੂੰ ਇਹ ਕਹਿੰਦੇ ਨੇ ਕਿ ਸਾਡੇ ਕੋਲ ਪੜ੍ਹਦੇ ਨੇ, ਉਹਨਾਂ ਬੱਚਿਆਂ ਦੀ ਵੈਰੀਫਿਕੇਸ਼ਨ ਕਰ ਲਓ। ਇਹ ਤਾਂ ਕੋਈ ਔਖਾ ਕੰਮ ਨਹੀਂ ਹੈ ਸਰਕਾਰ ਵਾਸਤੇ, ਸਰਕਾਰ ਕੋਲ ਏਡੇ ਵੱਡੇ ਆਮਲੇ ਫਿਰਦੇ ਹੈਗੇ ਨੇ, ਉਹ ਜਾਣ ਬੁੱਝ ਕੇ ਨਹੀਂ ਕਰਦੇ ਕਿਉਂਕਿ ਰਲੇ ਹੋਏ ਨੇ। ਜਦ ਤੁਸੀਂ, ਜਦ ਚੋਰ ਤੇ ਚੌਕੀਦਾਰ ਰਲ ਜਾਣ, ਉਦੋਂ ਤੁਸੀਂ ਕਿਵੇਂ ਰਾਖਾ ਤੁਸੀਂ ਬਣਾਈ ਜਾਓ। ਹੁਣ ਮੈਂ ਤੁਹਾਨੂੰ ਦੱਸਦਾ, ਜਿਹੜਾ ਤੁਸੀਂ ਕਹਿੰਦੇ ਆਧਾਰ ਕਾਰਡ ਜੋੜਨ ਦੀ ਗੱਲ, ਹੈਲੋ, ਇਹਨਾਂ ਹੀ ਐਜੂਕੇਸ਼ਨ ਇੰਸਟੀਟਿਊਸ਼ਨ ਜਿਹੜੀਆਂ ਪ੍ਰਾਈਵੇਟ ਨੇ, ਸਰਕਾਰ ਨੇ ਕਿਹਾ ਕਿ ਤੁਸੀਂ ਘੱਟੋ ਘੱਟ ਜਿੰਨੀ ਬੇਸਿਕ ਪੇ ਹੈ ਉਨੀ ਟੀਚਰਾਂ ਨੂੰ ਤਨਖਾਹ ਦਿਓਗੇ ਜਿਹੜੀ ਉੱਥੇ ਫੈਕਲਟੀ ਲੱਗੀ ਹੈ। ਹੁਣ ਸਕੂਲ ਕੀ ਕਰਦੇ ਨੇ, ਉਨੀ ਤਨਖਾਹ ਦਾ ਚੈੱਕ ਕੱਟ ਕੇ ਬਾਕਾਇਦਾ ਬੈਂਕ ਦੇ ਖਾਤੇ ਜਮ੍ਹਾਂ ਕਰਾਉਂਦੇ ਨੇ, ਉਹਨਾਂ ਦੇ ਆਨਲਾਈਨ ਟ੍ਰਾਂਸਫਰ ਕਰ ਦਿੰਦੇ ਨੇ, ਨਾਲ ਦੀ ਨਾਲ ਇੱਕ ਬੇਰੇਰ ਚੈੱਕ ਲੈ ਕੇ ਉਹਦੇ ਵਿੱਚੋਂ ਪੈਸੇ ਜਾਂ ਨਗਦ ਪੈਸੇ ਲੈ ਲੈਂਦੇ ਵੀ 5000 ਸਾਨੂੰ ਦੇ ਦੇ ਭਾਈ, ਤਾਂ ਤੇਰਾ 10000 ਦਾ ਚੈੱਕ ਉੱਥੇ ਜਮ੍ਹਾਂ ਕਰਾਵਾਂਗੇ। ਜਿਹਨੂੰ 15 ਦਿੰਦੇ ਉਹਨੂੰ ਕਹਿੰਦੇ 7.5 ਦਾ ਸਾਨੂੰ ਚੈੱਕ ਦੇ ਦੇ ਪਹਿਲਾਂ, ਜਾਂ 7.5 ਨਗਦ ਦੇ ਦੇ ਫਿਰ ਤੈਨੂੰ ਦੇ ਦਿੰਦਾ, ਜਾਂ ਫਿਰ ਕੀ ਕਰਦੇ ਉੱਥੇ ਜਮ੍ਹਾਂ ਕਰਾਉਂਦੇ ਨੇ ਚੈੱਕ ਆਪ ਹੀ ਆਪਦੇ PN ਨੂੰ ਭੇਜ ਕੇ। ਮੈਂ ਇਸ ਫੀ ਕਮੇਟੀ ਦਾ ਮੈਂਬਰ ਰਿਹਾ, ਸਾਡੇ ਸਾਹਮਣੇ ਪੇਸ਼ ਹੋਈਆਂ ਨੇ ਗੱਲਾਂ। ਸੋ ਜੇ ਤੁਸੀਂ, ਕਿਉਂਕਿ ਉਹ ਸਾਰਾ ਕੁਛ ਐਂ ਨਹੀਂ ਹੈ ਵੀ ਆਪੇ ਹੋਈ ਜਾਂਦਾ, ਸਵਾਇ ਕੇ ਹੋਈ ਜਾਂਦਾ, ਕਿਉਂਕਿ ਸਰਕਾਰ ਰੈਗੂਲੇਟ ਐਜੂਕੇਸ਼ਨ ਨੂੰ ਨਹੀਂ ਕਰਨਾ ਚਾਹੁੰਦੀ। ਐਜੂਕੇਸ਼ਨ ਆਪਣੇ ਆਪ 'ਚ ਬਹੁਤ ਵੱਡਾ ਬਿਜ਼ਨਸ ਹੈ। ਦੂਜੀ ਗੱਲ, ਐਜੂਕੇਸ਼ਨ ਉਸੇ ਤਰ੍ਹਾਂ ਦਾ ਬਿਜ਼ਨਸ ਹੈ ਜਿਵੇਂ ਫਲੈਟ ਬਣਾ ਬਣਾ ਕੇ ਵੇਚਣ ਵਾਲੇ ਪਹਿਲਾਂ ਲੋਕਾਂ ਤੋਂ ਪੈਸੇ ਲੈ ਲੈਂਦੇ ਨੇ, ਉਸੇ ਪੈਸੇ ਨਾਲ ਫਲੈਟ ਬਣਾਉਂਦੇ ਨੇ। ਇੱਦਾਂ ਹੀ ਐਜੂਕੇਸ਼ਨ ਵਾਲੇ ਵੀ ਕੀ ਕਰਦੇ ਨੇ, ਇੱਕ ਕਾਲਜ ਸਕੂਲ ਸ਼ੁਰੂ ਕਰ ਲੈਂਦੇ ਨੇ ਇੰਸਟੀਟਿਊਸ਼ਨ, ਉਹ ਪਹਿਲੇ ਸਾਲ ਹੀ ਉਹਨਾਂ ਕੋਲ ਪੈਸੇ ਆਉਣੇ ਸ਼ੁਰੂ ਹੋ ਜਾਂਦੇ, ਉਹ ਬੱਚਿਆਂ ਦੇ ਪੈਸੇ ਨਾਲ ਹੀ ਅੱਗੇ ਸਾਰੀ ਬਿਲਡਿੰਗ ਬਣਾਉਂਦੇ ਨੇ, ਸਾਰਾ ਕੁਛ ਕਰਦੇ ਨੇ। ਸੋ ਇਸ ਕਰਕੇ ਜਦ ਸਰਕਾਰ ਨੇ ਐਜੂਕੇਸ਼ਨ ਨੂੰ ਜੋ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ, ਨੋਟ ਓਨਲੀ ਹਦਾਇਤਾਂ ਨੇ, ਲਾਅ ਲੇਡ ਡਾਊਨ ਬਾਈ ਸੁਪਰੀਮ ਕੋਰਟ ਹੈ, PA ਨਾਮਦਾਰ ਜਜਮੈਂਟ ਹੈ, ਇਸਲਾਮਿਕ ਅਕੈਡਮੀ ਜਜਮੈਂਟ, ਉਹਦੇ ਅਨੁਸਾਰ ਇਹਨਾਂ ਨੇ ਕਰਨਾ ਹੀ ਨਹੀਂ। ਫਿਰ ਤੁਸੀਂ ਆਪਾਂ ਰੌਲਾ ਜਿੰਨਾ ਮਰਜ਼ੀ ਪਾਈ ਜਾਈਏ, ਆਪਾਂ ਜਿੰਨਾ ਮਰਜ਼ੀ ਕਹੀ ਜਾਈਏ। ਹੁਣ ਇਹ ਕਹਿੰਦੇ ਨੇ, ਜਿਵੇਂ ਕਹਿ ਤਾ BJP ਨੇ ਵੀ ਅਸੀਂ SC ਦਾ ਇੱਥੇ ਮੁੱਖ ਮੰਤਰੀ ਬਣਾ ਦਾਂਗੇ ਜੀ,
ਉਹਨਾਂ ਨੂੰ ਪੁੱਛੋ ਵੀ ਧਰਮ ਸੋਚ ਤਾਂ ਐਸੀ ਨੇ। ਹਾਂਜੀ ਹਾਂਜੀ, ਫਿਰ ਉਹ ਬੱਚਿਆਂ ਦਾ ਸਕਾਲਰਸ਼ਿਪ ਕਿਰਪਾ ਰਣੀਕੇ ਵੀ ਐਸੀ ਸੀਗੇ। ਹਾਂਜੀ ਹਾਂ, ਪਿਛਲੀ ਸਰਕਾਰ ਦੀ ਰਣੀਕੇ ਗੁਲਜ਼ਾਰ ਸਿੰਘ ਰਣੀਕੇ ਉਹ ਵੀ ਐਸੀ ਸੀਗੇ, ਰਣੀਕੇ ਵੀ ਐਸੀ ਸੀਗੇ, ਚੰਨੀ ਸਾਹਿਬ ਜਿਨ੍ਹਾਂ ਦੇ ਮਹਿਕਮੇ ਚ ਟੈਕਨੀਕਲ ਐਜੂਕੇਸ਼ਨ ਹੋ ਰਿਹਾ ਉਹ ਵੀ ਐਸੀ ਨੇ। ਫਿਰ ਐਸੀ ਐਸੀ ਵਿਦਿਆਰਥੀਆਂ ਦਾ ਸਕਾਲਰਸ਼ਿਪ ਕਿਉਂ ਨਹੀਂ ਦੇ ਰਹੇ? ਜੇ ਐਸੀਆਂ ਦੇ ਮਾਮਲੇ ਨਾਲ ਹੀ ਹੋਣਾ ਹੁੰਦਾ ਤਾਂ ਇਹ ਸਭ ਕੁਝ ਹੋ ਜਾਣਾ ਚਾਹੀਦਾ ਸੀ। ਹੁਣ ਸਾਂਪਲਾ ਸਾਹਿਬ ਗੱਲ ਕਰਦੇ ਨੇ, ਸਾਂਪਲਾ ਸਾਹਿਬ ਨੂੰ ਪੁੱਛੋ ਵੀ ਜਿਹੜਾ ਤੁਸੀਂ ਪੰਜਾਬ ਚ ਬੈਠੇ ਹੋ, ਤੁਸੀਂ ਬੀਜੇਪੀ ਦੀ ਬੋਲੀ ਬੋਲਣੀ ਆ ਕਿ ਪੰਜਾਬ ਦੇ ਐਸੀ ਵਿਦਿਆਰਥੀਆਂ ਦੇ ਹੱਕ ਚ ਗੱਲ ਕਰਨੀ ਹੈ? ਜੇ ਪੰਜਾਬ ਦੇ ਐਸੀ ਵਿਦਿਆਰਥੀਆਂ ਦੇ ਹੱਕ ਤੁਸੀਂ ਸੱਚੀ ਮੁੱਚੀ ਗੱਲ ਕਰਨਾ ਚਾਹੁੰਦੇ ਹੋ, ਪਹਿਲਾਂ ਤੁਸੀਂ ਆਪ ਆਪਦੀ ਸਰਕਾਰ ਨੂੰ ਲਿਖੋ ਕਿ ਜਿਹੜਾ ਤੁਸੀਂ 10% ਘਟਾਇਆ ਉਹ ਗਲਤ ਘਟਾਇਆ, ਜਿਹੜਾ ਤੁਸੀਂ 60-40 ਮੁੜ ਕੇ ਕਰਿਆ ਉਹ ਗਲਤ ਕਰਿਆ। 5 ਸਾਲ ਤਾਂ 100% ਸਪੋਂਸਰਡ ਸੀ, 5 ਸਾਲ ਬਾਅਦ ਤੁਹਾਡਾ ਫਰਜ਼ ਬਣਦਾ ਸੀ, 60-40 ਤੇ ਲੈ ਕੇ ਉਹਨਾਂ ਬੰਦ ਕਿਉਂ ਕਰਿਆ? ਇੱਕ ਦਖਤ ਬੰਦ ਕਰਨ ਦਾ ਤਾਂ ਕੋਈ ਮਤਲਬ ਨਹੀਂ ਸੀ, ਤੁਸੀਂ ਇਹ ਕਹਿ ਕੇ ਵੀ ਕਾਗਜ਼ 'ਚ ਲਿਖਿਆ ਜੀ, ਇਹ ਤਾਂ ਬਾਬੂਗਿਰੀ ਹੋ ਗਈ ਨਾ ਵੀ ਕਾਗਜ਼ 'ਚ ਲਿਖਿਆ, ਤੁਸੀਂ ਉਹਦੇ ਬਾਰੇ ਪੂਰੀ ਤੈਅ ਕਿਉਂ ਨਹੀਂ ਕਰੀ? ਉਹ ਇਹ ਗੱਲ ਕਹਿਣ ਨੂੰ ਤਿਆਰ ਨਹੀਂ ਹੋ, ਕਿਉਂਕਿ ਪੰਜਾਬ ਸਰਕਾਰ ਦੇ ਨਾਲ ਲੜਾਈ ਕਰਨੀ ਹੈ ਉਹਨਾਂ ਨੇ, ਐਸੀ ਤੇ ਨੌਨ ਐਸੀ ਦਾ ਝਗੜਾ ਪਵਾਉਣਾ ਹੈ। ਹਾਲਾਂਕਿ ਉਹ ਉਹਨਾਂ ਨੂੰ ਪੁੱਛੋ ਵੀ ਕੇਂਦਰ ਤਾਂ ਤੁਸੀਂ ਬੈਠੇ ਹੋ, ਤੁਸੀਂ ਐਸੀ ਕਮਿਸ਼ਨ ਦੇ ਚੇਅਰਮੈਨ ਹੋ, ਤੁਸੀਂ ਐਸੀ ਕਮਿਸ਼ਨ ਦੇ ਚੇਅਰਮੈਨ ਹੋ ਕੇ ਕੇਂਦਰ ਨੂੰ ਫਾਲਨ ਕਿਉਂ ਨਹੀਂ ਕਰ ਸਕਦੇ ਵੀ ਬੋਲੋ ਕਿਵੇਂ ਬੰਦ ਕਰਤਾ? ਉਹਨਾਂ ਦੇ ਪੰਜਾਬ ਦੀ ਮੁੱਖ ਸਕੱਤਰ ਨੂੰ ਸੰਮਣ ਕੀਤੇ ਆ, ਮੈਂ ਕਹਿੰਦਾ ਉਹ ਤਾਂ ਉਹ ਪੋਲੀਟੀਕਲ ਉਸ ਤੋਂ ਕਰਦਾ ਸਮਨ, ਉਹ ਪੋਲੀਟੀਕਲ ਤੋਂ ਕਰਦੇ ਨੇ ਸਮਨ ਜਿਹੜੇ ਸਾਂਪਲਾ ਸਾਹਿਬ ਨੇ। ਸਾਂਪਲਾ ਸਾਹਿਬ ਕੇਂਦਰ ਦੇ ਸਰਕਾਰ ਦੇ ਸੈਕਟਰੀ ਨੂੰ ਸਮਨ ਕਰਨ ਵੀ ਬੋਲੋ ਇਹ ਸਕੀਮ ਤੁਸੀਂ ਸਡਨਲੀ ਕਿਵੇਂ ਬੰਦ ਕਰੀ? ਤੁਸੀਂ 10% ਜਦ ਕਿਹਾ ਵੀ 10-90 ਕਰਾਂਗੇ, ਉਦੋਂ ਕਿਹੜਾ ਤੁਹਾਡੇ ਕੋਲ ਰੂਲ ਸੀ ਜਿਹਦੇ ਮੁਤਾਬਿਕ ਤੁਸੀਂ 10-90 ਕਰਤਾ 1 ਲੱਖ ਤਾਂ? ਇਹਦਾ ਤਾਂ ਮਤਲਬ ਇਹ ਹੈ ਵੀ ਤੁਸੀਂ ਜਿੰਨਾ ਮਰਜ਼ੀ ਪਹਿਲਾਂ ਕੋਈ ਸਕੀਮ ਸ਼ੁਰੂ ਕਰ ਦਿਓ, ਪਿੱਛੋਂ ਆਪੇ ਹੀ ਬੰਦ ਕਰ ਦਿਓ, ਲੋਕਾਂ ਦੇ ਗਲ ਪਾ ਦਿਓ ਲੋਕਾਂ ਨੂੰ। ਲੋਕਾਂ ਨੂੰ ਲੜਾਉਣ ਦਾ ਸਭ ਤੋਂ ਵੱਡਾ ਕੰਮ ਹੈ ਜਿਹੜਾ ਇਹ ਕੇਂਦਰ ਸਰਕਾਰ ਨੇ ਕਰਿਆ, ਐਸੀ ਵਿਦਿਆਰਥੀਆਂ ਦੇ ਉਲਟ ਕਰਿਆ, ਔਰ ਐਸੀ ਵਿਦਿਆਰਥੀਆਂ ਦੇ ਉਲਟ ਜਿਹੜਾ ਕੰਮ ਕਰਿਆ ਉਹ ਤੇ ਸਾਂਪਲਾ ਸਾਹਿਬ ਨਹੀਂ ਬੋਲਦੇ। ਦੂਜਾ, ਸਾਂਪਲਾ ਸਾਹਿਬ ਇਸ ਗੱਲ ਦੇ ਉੱਤੇ ਨਹੀਂ ਬੋਲਦੇ ਵੀ ਇੰਸਟੀਟਿਊਸ਼ਨਾਂ ਨੇ ਜਿਹੜੀ ਠੱਗੀ ਮਾਰੀ ਆ ਉਹਦੀ ਇਨਕੁਆਇਰੀ ਕਰ ਲੈਣ। ਐਸੀ ਵਿਦਿਆਰਥੀਆਂ ਦਾ ਸਕਾਲਰਸ਼ਿਪ ਹੈ, ਇੰਸਟੀਟਿਊਸ਼ਨਾਂ ਨੂੰ ਸਾਂਪਲਾ ਸਾਹਿਬ ਕਿਉਂ ਨਹੀਂ ਬੁਲਾ ਕੇ ਪੁੱਛਦੇ ਬੋਲੋ ਵੀ ਤੁਸੀਂ ਕਿਵੇਂ ਪੈਸੇ ਰੱਖੇ ਨੇ, ਤੁਸੀਂ ਕਿਵੇਂ ਝੂਠੇ ਵਿਦਿਆਰਥੀ ਦਾਖਲ ਕਰਕੇ? ਕਿਉਂਕਿ ਉਹਨਾਂ ਤੋਂ ਵੋਟ ਲੈਣੀ ਹੈ, ਉਹਨਾਂ ਦਾ ਗਾਂ ਪ੍ਰੋਸੈਸਰ ਹੈ, ਉਹਨਾਂ ਤੋਂ ਗਾਂ ਫੰਡ ਲੈਣੇ ਹੋਣਗੇ ਚੋਣ ਵਾਸਤੇ। ਸੋ ਤੁਸੀਂ ਇਹ ਸੌਖਾ ਤਰੀਕਾ ਵੀ ਚਾਹੇ ਚੀਫ ਸੈਕਟਰੀ ਨੂੰ ਬੁਲਾ ਲਓ, ਉਹਨੂੰ ਚਾਰ ਝਾੜਾਂ ਝੂੜਾ ਪਾ ਦਿਓ, ਉਹਨੂੰ ਕੁਛ ਕਹਿ ਦਿਓ ਵੀ ਐਂ ਨਹੀਂ ਕਰਿਆ ਉਹ ਨਹੀਂ ਕਰਿਆ, ਆਪਣਾ ਕਾਗਜ਼ ਬਣਾ ਦਿਓ। ਇਹ ਹੱਲ ਨਹੀਂ ਹੈ, ਇਹ ਮੈਂ ਅੱਜ ਵੀ ਕਹਿਣਾ ਇਹ ਹੱਲ ਕਦੇ ਵੀ ਨਹੀਂ ਹੈ। ਜਿਹੜਾ ਸਕੈਮ ਹੋਇਆ ਹੋਇਆ ਸੀ ਅਕਾਲੀ ਬੀਜੇਪੀ ਸਰਕਾਰ ਵੇਲੇ, ਬੀਜੇਪੀ ਵਾਲੇ ਆਪਦੇ ਮੰਤਰੀ ਸੀਗੇ ਇਹਨਾਂ ਦੇ, ਕਿ ਜਿਹੜਾ ਮੈਡੀਕਲ ਐਜੂਕੇਸ਼ਨ ਸਕੈਮ ਸੀ, ਮੈਡੀਕਲ ਐਜੂਕੇਸ਼ਨ ਇਹਨਾਂ ਦਾ ਮੰਤਰੀ ਸੀ, ਬਿਲਕੁਲ। ਫਿਰ ਇਹ ਕਿਉਂ ਨਹੀਂ ਪੁੱਛਦੇ ਵੀ ਭਾਈ 3 ਕਰੋੜ ਤੋਂ 30 ਕਰੋੜ ਕਿਵੇਂ ਬਣ ਗਿਆ? ਇਹ ਪੁੱਛਣਾ ਨਾ ਆਪਦੇ ਮੰਤਰੀ ਨੂੰ ਵੀ 3 ਕਰੋੜ ਤੋਂ 30 ਕਰੋੜ ਤੇਰੇ ਮਹਿਕਮੇ 'ਚ ਕਿਵੇਂ ਬਣ ਗਿਆ 1 ਸਾਲ 'ਚ, ਇੰਨੇ ਵਿਦਿਆਰਥੀ ਕਿੱਥੋਂ ਆ ਗਏ ਅਸੀਂ? ਸੋ ਇਸ ਕਰਕੇ ਸਾਨੂੰ ਇਹ ਗੱਲ, ਕਿਉਂਕਿ ਅਸੀਂ ਕੀ ਕਰਦੇ ਹਾਂ, ਜੇ ਗਧੀ ਮਾਰੀ ਆਨੰਦ ਕੋਪ ਤਾਂ ਗਧੀ ਮਾਰੀ ਦਾ ਨਹੀਂ ਕੋਈ ਦੋਸ਼, ਜੇ ਸਾਡੇ ਬੰਦੇ ਨੇ ਕੋਈ ਗਲਤੀ ਕਰੀ ਆ ਉਹਨੂੰ ਕੁਛ ਨਹੀਂ ਕਹਿਣਾ, ਜਿਨ੍ਹਾਂ ਤੋਂ ਅਸੀਂ ਵੋਟ ਲੈਣੀ ਹੈ ਉਹਨਾਂ ਨੂੰ ਕੁਛ ਨਹੀਂ ਕਹਿਣਾ। ਅਸੀਂ ਅਫਸਰ, ਇਹਦੇ ਵਿੱਚ ਅਫਸਰਾਂ ਦਾ ਇੱਕ ਰੋਲ ਹੈ, ਪਰ ਚੀਫ ਸੈਕਟਰੀ ਇਹਦੇ 'ਚ ਇਕੱਲਾ ਕੀ ਕਰ ਸਕਦਾ? ਚੀਫ ਸੈਕਟਰੀ ਨੇ ਕੀ ਕਰ ਲੈਣਾ? ਚੀਫ ਸੈਕਟਰੀ ਕੋਈ ਡਾਂਗ ਲੈ ਕੇ ਖੜਾ? ਸਵਾਲ ਇਹ ਹੈ ਵੀ ਸਿਸਟਮ ਤੁਸੀਂ ਖਰਾਬ ਕਰਤਾ ਲਗਾਤਾਰ। ਇੰਸਟੀਟਿਊਸ਼ਨਾਂ 2013-14 ਤੋਂ ਹੇਰਾਫੇਰੀ ਕਰ ਰਹੀਆਂ ਨੇ, ਉਦੋਂ ਤਾਂ ਇਹ ਸਰਕਾਰ ਕਿਤੇ ਨਾਮ ਨਿਸ਼ਾਨ 'ਚ ਨਹੀਂ ਸੀ, ਤੁਹਾਡੇ ਬੀਜੇਪੀ ਦੇ ਮੰਤਰੀ ਸੀਗੇ, ਫਿਰ ਉਦੋਂ ਤੁਸੀਂ ਕਿਉਂ ਨਹੀਂ ਦੇਖਿਆ? ਉਦੋਂ ਤੁਹਾਡੇ ਜਿਹੜੇ ਵੈਲਫੇਅਰ ਦੇ ਮੰਤਰੀ ਸੀਗੇ, ਜਿਹੜੇ ਸੋਸ਼ਲ ਸਿਕਿਉਰਿਟੀ ਦੇ ਮੰਤਰੀ ਸੀਗੇ, ਜਿਹੜੇ ਤੁਹਾਡੇ ਆਪਣਾ ਇਸ ਦੇ ਸੀਗੇ ਮੈਡੀਕਲ ਐਜੂਕੇਸ਼ਨ ਦੇ, ਟੈਕਨੀਕਲ ਐਜੂਕੇਸ਼ਨ ਦੇ, ਜਿਹੜੇ ਆਪਣਾ ਜਨਰਲ ਐਜੂਕੇਸ਼ਨ ਦੇ, ਹਾਇਰ ਐਜੂਕੇਸ਼ਨ ਦੇ ਮੰਤਰੀ ਸੀ, ਉਹਨਾਂ ਨੇ ਉਦੋਂ ਕੀ ਕਰਿਆ? ਉਹ ਰਿਕਵਰੀ ਕਿਉਂ ਨਹੀਂ ਕਰੀ? ਉਹਨਾਂ ਨੇ ਆਪਦੇ ਮਹਿਕਮਿਆਂ 'ਚ ਸਕੈਮ ਬੰਦ ਕਿਉਂ ਨਹੀਂ ਕਰਿਆ? ਅਤੇ ਉਹ ਨਹੀਂ ਸਾਂਪਲਾ ਸਾਹਿਬ ਪੁੱਛਣਗੇ, ਕਿਉਂਕਿ ਉਹਨਾਂ ਦੀ ਆਪਦੀ ਸਰਕਾਰ ਹੈ। ਜਦਕਿ ਸਾਡਾ ਫਲਸਫਾ, ਜਿਹੜੇ ਕਹਿੰਦੇ ਅਸੀਂ ਫਲਸਫੇ ਦੇ ਪਿੱਛੇ ਸਭ ਦੇ ਹਾਂ, ਫਲਸਫਾ ਦੇ ਕਹਿੰਦਾ ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਵੇਖ, ਪਰ ਇਹਨਾਂ ਦਾ ਤਾਂ ਉਹ ਹਾਲ ਹੈ, ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ, ਗੁਣਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਇਹ ਉਹ ਨੇ ਜਿਹੜੇ ਲੋਕਾਂ ਦੇ ਵਿੱਚ ਦਰਵੇਸ਼ ਬੰਦੇ ਨੇ ਹੈਗੇ, ਇਹਨਾਂ ਦੇ ਕਾਲੇ ਕੱਪੜੇ ਸਾਰੇ। ਡਾਕਟਰ ਸਾਹਿਬ, ਇਹਦੇ 'ਚ ਦਲਿਤ ਵਿਦਿਆਰਥੀ ਸਫ਼ਰ ਕਰ ਰਹੇ, ਉਹ ਕਿਵੇਂ ਉਹਨਾਂ ਨੂੰ ਇਹਦੇ ਤੋਂ ਨਜਾਤ ਮਿਲੇ, ਕੀ ਕੀਤਾ ਕੀ ਜਾਏ? ਹਾਂ, ਉਹਦੇ ਵਿੱਚ ਇਹ ਹੈ, ਕਿਸੇ ਦਲਿਤ ਲੀਡਰ ਨੇ, ਕਿਸੇ ਦਲਿਤ, ਕਿਉਂਕਿ ਉਹ ਇੱਕ ਦੂਜੇ ਦੀ ਵਿਰੋਧ ਤਾਂ ਕਰਦੇ ਨੇ। ਜਦ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕਣੀਆਂ ਸੀ, ਡਿਗਰੀਆਂ ਰੋਕਣਾ ਆਪਣੇ ਆਪ 'ਚ ਕ੍ਰਾਈਮ ਹੈ, ਚਾਹੇ ਉਹ ਯੂਨੀਵਰਸਿਟੀ ਰੋਕਦੀ ਹੈ ਚਾਹੇ ਕਾਲਜ ਰੋਕਦਾ, ਇਹਨਾਂ ਨੇ ਕਿਸੇ ਦੀ ਡਿਗਰੀ ਨਹੀਂ ਦਵਾਈ। ਇਹਨਾਂ ਨੇ ਕਿਉਂ ਨਹੀਂ, ਸਾਂਪਲਾ ਸਾਹਿਬ ਹੁਣ ਹੈਗੇ ਨੇ, ਇਹ ਬੁਲਾ ਕੇ ਕਿਉਂ ਨਹੀਂ ਆਰਡਰ ਕਰ ਸਕਦੇ ਸੀ ਵੀ ਤੁਸੀਂ ਪਹਿਲਾਂ ਡਿਗਰੀਆਂ ਤਾਂ ਦਿਓ, ਜੇ ਤੁਹਾਡੇ ਪੈਸੇ ਨੇ ਉਹਦਾ ਆਪਦਾ ਦੀਵਾਨੀ ਮੁਕੱਦਮਾ ਕਰ ਦਿਓ, ਸਰਕਾਰ ਨਾਲ ਲੜਾਈ ਕਰ ਦਿਓ ਜਿਹੜੀ ਵੀ ਕਰਨੀ ਹੈ, ਪਰ ਤੁਸੀਂ ਇਹਨਾਂ ਦੀਆਂ ਡਿਗਰੀਆਂ ਨਹੀਂ ਰੋਕ ਸਕਦੇ। ਬੱਚੇ ਕਿਤੇ ਜਾ ਕੇ ਨੌਕਰੀ ਤਾਂ ਕਰਨੀ ਹੈ, ਕਿਉਂ ਨਹੀਂ ਦਿੱਤੀਆਂ ਡਿਗਰੀਆਂ ਬਈ? ਦੂਜੀ ਗੱਲ, ਇੱਕ ਤਾਂ ਇਹ ਹੈ ਵੀ ਇਹ ਫਿਰ ਰੋਲ ਨੰਬਰ ਰੋਕ ਲਏ, ਐਤਕੀ ਮੁੱਖ ਮੰਤਰੀ ਨਾਲ ਉਹਨਾਂ ਨੇ, ਸਾਂਪਲਾ ਸਾਹਿਬ ਨੇ ਤਾਂ ਕਿਤੇ ਨਹੀਂ ਕਰਾ ਵੀ ਰੋਲ ਨੰਬਰ ਰਿਲੀਜ਼ ਕਰਾ ਦਿਓ, ਮੁੱਖ ਮੰਤਰੀ ਨੇ ਉਹਨਾਂ ਨਾਲ ਮੀਟਿੰਗ ਕਰਕੇ ਵੀ ਚਲੋ ਅਸੀਂ ਤੁਹਾਨੂੰ ਕੁਛ ਪੈਸੇ ਦਿੰਦੇ ਹਾਂ, ਔਖੇ
ਇਹੀ ਰੋਲ ਨੰਬਰ ਐਚ ਕੀ ਮੰਨੇ ਨੇ ਉਹ ਰਿਲੀਜ਼ ਕਰਨ ਅਗਲੇ ਸਾਲ ਜੀ ਹੋਇਆ ਫੈਸਲਾ। ਹਾਂ ਅਗਲੇ ਸਾਲ ਉਹ ਸ਼ਾਇਦ ਦਾਖਲੇ ਵੀ ਨਾ ਦੇਣ। ਹੁਣ ਤੁਸੀਂ ਜਦ ਆਪਾਂ ਇੱਕ ਗੱਲ ਨੂੰ ਜਿਹੜੀ ਉਹਦੀ ਜੜ ਹੈ ਉਹ ਜੜ ਤਾਂ ਅਸੀਂ ਦੇਖ ਨਹੀਂ ਰਹੇ। ਜੜ ਇਹ ਹੈ ਕਿ ਸਕੋਲਰਸ਼ਿਪ ਸਾਰੇ ਦਾ ਸਾਰਾ ਕੇਂਦਰ ਨੇ ਦੇਣਾ ਸੀ ਕਿਉਂਕਿ ਸਕੀਮ ਕੇਂਦਰ ਦੀ ਸੀ। ਨੰਬਰ ਦੋ ਦੇ ਵਿੱਚ ਜਿਹੜੀਆਂ ਇੰਸਟੀਟਿਊਸ਼ਨਾਂ ਸੀ ਉਹ ਹੇਰਾ ਫੇਰੀ ਕਰਦੀਆਂ ਸੀ ਔਰ ਉਹ ਅੱਜ ਨਹੀਂ ਪਿੱਛੇ 8 ਸਾਲਾਂ ਤੋਂ 7 ਸਾਲਾਂ ਤੋਂ ਹੇਰੀ ਫੇਰੀ ਕਰਦੀਆਂ ਆਈਆਂ ਨੇ। ਸਭ ਦੇ ਸਾਹਮਣੇ ਉਹ ਹੇਰਾ ਫੇਰੀ, ਉਹ ਜਿੰਨੀ ਐਕਸਪੋਜ਼ ਹੋ ਗਈ ਉਹਨਾਂ ਨੂੰ ਨਾਲ ਦੀ ਨਾਲ ਸਜ਼ਾ ਦਿਓ, ਬਲੈਕਲਿਸਟ ਕਰੋ, ਬਾਕੀ ਹੋਰ ਦੀ ਇਨਕੁਆਇਰੀ ਕਰੋ। ਇਹ ਦੂਜਾ ਕੰਮ ਨਹੀਂ ਕਰਿਆ। ਤੀਜਾ ਕੰਮ ਇਹ ਕਰਨਾ ਸੀ ਵੀ ਜਿਹੜਾ 106 ਕਰੋੜ ਰੁਪਇਆ ਕਿਰਪਾ ਸਿੰਘ ਸੋਚ ਕਹਿੰਦਾ ਮੈਂ ਬੱਚਿਆਂ ਦੇ ਖਾਤੇ 15, 16, 17 ਵਾਲੇ ਬੱਚਿਆਂ ਦੇ ਖਾਤੇ ਭੇਜਤਾ, ਉਹਨੂੰ ਇਨਵੈਸਟੀਗੇਟ ਕਰੋ ਵੀ ਕਿਹੜੇ ਬੱਚਿਆਂ ਦੇ ਖਾਤੇ ਗਿਆ, ਕੀ ਉਹਨਾਂ ਨੂੰ ਮਿਲਿਆ ਉਹ ਪੈਸਾ। 106 ਕਰੋੜ ਇਜ਼ ਨੋਟ ਅ ਸਮਾਲ ਅਮਾਊਂਟ, ਇੱਕ ਬੰਦਾ ਵੰਡ ਰਿਹਾ ਉਹ ਬਿਲਕੁਲ, ਉਹ ਐਗਜੈਕਟਿਵ ਦੇ ਤੌਰ ਤੇ ਮੰਤਰੀ ਤੋਂ ਬਾਹਰ ਹੋ ਕੇ ਵੰਡ ਰਿਹਾ, ਮਹਿਕਮੇ ਤੋਂ ਬਾਹਰ ਹੋ ਕੇ ਵੰਡ ਰਿਹਾ। ਉਹ ਕਹਿੰਦਾ ਮੈਂ ਵੰਡਿਆ, ਜੇ ਉਹਨੇ ਆਪ ਆਪਦੀ ਰਿਪੋਰਟ 'ਚ ਲਿਖਿਆ ਕਿ ਮੈਂ ਵੰਡਿਆ, ਉਹਨੇ ਰਿਪੋਰਟ ਦਿੱਤੀ ਸੀ ਉਹ 'ਚ ਲਿਖਿਆ ਕਿ ਮੈਂ ਵੰਡਿਆ, ਉਹਨੂੰ ਪੁੱਛ ਲਓ ਵੀ ਦਿਖਾਓ ਭਾਈ ਕਿੱਥੇ ਹੈ, ਉਹਦੀ ਕਰੋ ਇਨਕੁਆਇਰੀ, ਕਿਉਂ ਨਹੀਂ ਇਨਕੁਆਇਰੀ ਕਰਦੇ ਤੁਸੀਂ ਉਸਦੀ। ਸੋ ਇਸ ਕਰਕੇ ਜੇ ਅਸੀਂ ਜਿੰਨਾ ਚਿਰ ਇਸ ਨੂੰ ਪੂਰਾ ਜੜੋਂ ਨਹੀਂ ਦੇਖਾਂਗੇ, ਕਹਿੰਦੇ ਬੁਰੇ ਨੂੰ ਨਾ ਮਾਰੋ, ਬੁਰੇ ਦੀ ਮਾਂ ਨੂੰ ਮਾਰੋ ਤਾਂ ਕਿ ਮੁੜ ਕੇ ਬੁਰਾ ਨਾ ਜੰਮੇ। ਤੁਸੀਂ ਇੱਕ ਇੱਕ ਨੂੰ ਦੇਖੀ ਜਾਓਗੇ, ਇੱਕ ਦਾ ਸਕੋਲਰਸ਼ਿਪ ਦਵਾ ਦੋਗੇ, ਇੱਕ ਦੀ ਡਿਗਰੀ ਦਵਾ ਦੋਗੇ, ਇੱਕ ਦੋ ਇੰਸਟੀਟਿਊਸ਼ਨਾਂ ਤੋਂ ਰੋਲ ਨੰਬਰ ਦਵਾ ਦੋਗੇ, ਮਸਲਾ ਕਿਵੇਂ ਹੱਲ ਹੋ ਜੂਗਾ? ਮਸਲਾ ਹੱਲ ਤਾਂ ਹੋਊ ਕਿ ਪੂਰੇ ਦਾ ਪੂਰਾ ਦੇਖੋ, ਇਹ ਪੂਰੇ ਦਾ ਪੂਰਾ ਆਪਰੇਸ਼ਨ ਕਰਨ ਦੀ ਲੋੜ ਹੈ, ਇਹ ਪੂਰੇ ਦਾ ਪੂਰਾ ਓਵਰਹਾਲ ਕਰਨ ਦੀ ਲੋੜ ਹੈ। ਸੋ ਜਿੰਨਾ ਚਿਰ ਤੁਸੀਂ ਇਹਨੂੰ ਓਵਰਹਾਲ ਨਹੀਂ ਕਰਦੇ, ਇੱਕ ਅੱਧਾ ਕੋਈ ਸਾਈਕਲ 'ਚ ਗੋਲੀ ਪਾ ਕੇ ਜਾਂ ਚੇਨ ਦੀ ਕੜੀ ਪਾ ਕੇ ਤੁਸੀਂ ਠੀਕ ਨਹੀਂ ਕਰ ਸਕਦੇ, ਇਹ ਠੀਕ ਆ ਕਿਸੇ ਨਾ ਕਿਸੇ ਨੂੰ ਮਾੜਾ ਮੋਟਾ ਬੈਨੀਫਿਟ ਦੇ ਦੋਗੇ। ਸੋ ਇਹ ਇਹਨਾਂ ਦੀ ਇੰਟੈਂਸ਼ਨ ਹੈ ਨਹੀਂ, ਇਹ ਸਿਰਫ ਵੋਟ ਬੈਂਕ, ਹੁਣ ਕਿਉਂਕਿ ਐਸੀਆਂ ਦਾ ਵੋਟ ਬੈਂਕ ਲੈਣਾ ਹੈ ਬੀਜੇਪੀ ਨੇ, ਉਹਦੇ ਵਾਸਤੇ ਸੰਪਲਾ ਸਾਹਿਬ ਉੱਥੇ ਮੁੰਡਾ ਮਰ ਗਿਆ। ਹਾਲਾਂਕਿ ਇਹ ਤਾਂ ਮਾੜੀ ਗੱਲ ਹੈ, ਕੋਈ ਚਾਹੇ ਦਲਿਤ ਮਰੇ ਚਾਹੇ ਨੌਨ ਦਲਿਤ ਮਰੇ, ਜੇ ਥਾਣੇ ਵਾਲੇ ਕੁੱਟ ਕੇ ਮਾਰ ਦਿੰਦੇ ਇੱਦੋਂ ਵੱਡੀ ਇਨਹਿਊਮਨ ਗੱਲ ਕੀ ਹੋਈ? ਪਰ ਉੱਥੇ ਤਾਂ ਸੰਪਲਾ ਸਾਹਿਬ ਚਲੇ ਗਏ, ਸੰਪਲਾ ਸਾਹਿਬ ਨੇ ਇਹ ਤਾਂ ਦੇਖਿਆ ਨਹੀਂ ਵੀ ਇਹਨਾਂ ਦੇ ਮਨਰੇਗਾ ਕਾਰਡ ਕਿਉਂ ਨਹੀਂ ਬਣੇ, ਵੀਡੀਓ ਨੇ ਇਹਨਾਂ ਦੇ ਮਨਰੇਗਾ ਦੀਆਂ ਦਿਹਾੜੀਆਂ ਦੇ ਪੈਸੇ ਕਿਉਂ ਨਹੀਂ ਦਿੱਤੇ, ਇਹਨਾਂ ਦੀ ਹਾਜ਼ਰੀ ਕਿਉਂ ਨਹੀਂ ਲਾਈ, ਇਹਨਾਂ ਨੂੰ ਅਨਇੰਪਲਾਇਮੈਂਟ ਅਲਾਊਂਸ ਕੀ ਦਿੱਤਾ, ਇਹ ਮਨਰੇਗਾ ਇਹ ਸੰਪਲਾ ਸਾਹਿਬ ਨਹੀਂ ਦੇਖਣਗੇ। ਜਿਹੜੇ ਦਲਿਤ ਮੈਂਬਰ ਬਣੇ ਨੇ ਪੰਚਾਇਤਾਂ ਦੇ, ਸਰਪੰਚ ਬਣੇ ਨੇ, ਲੇਡੀ ਸਰਪੰਚ ਬਣੀਆਂ ਨੇ, ਉਹਨਾਂ ਨੂੰ ਉਹਨਾਂ ਦੀ ਥਾਂ ਦੇ ਉੱਤੇ ਉਹਨਾਂ ਮਤਲਬ ਦੂਜੇ ਬੰਦੇ ਜਾਂਦੇ ਨੇ, ਸੰਪਲਾ ਸਾਹਿਬ ਨੂੰ ਇਹ ਤਾਂ ਧਿਆਨ ਨਹੀਂ ਆਇਆ ਭਾਈ ਇਹ ਤਾਂ ਐਸੀਆਂ ਦਾ ਰਾਈਟ ਸੀ, ਇਹ ਤੁਸੀਂ ਕਿਵੇਂ ਖੋਲਿਆ ਐਸੀਆਂ ਦਾ ਰਾਈਟ। ਸੋ ਸੰਪਲਾ ਸਾਹਿਬ ਵੀ ਬਿਲਕੁਲ ਪਿਓਰ ਪੋਲੀਟਿਕਸ ਕਰ ਰਹੇ ਨੇ, ਐਸੀਆਂ ਦਾ ਫਾਇਦਾ ਨਹੀਂ ਕਰ ਰਹੇ। ਠੀਕ ਠੀਕ, ਇਹ ਮੈਂ ਕਹਿਣਾ। ਡਾਕਟਰ ਸਾਹਿਬ ਇਹ ਤਾਂ ਵਿਦਿਆਰਥੀਆਂ ਦੇ ਵਜ਼ੀਫੇ ਦਾ ਮਾਮਲਾ ਹੋ ਗਿਆ, ਇਸ ਤੋਂ ਇਲਾਵਾ ਇੱਕ ਪੰਜਾਬ ਕਾਂਗਰਸ ਦੇ ਮੁੱਦੇ ਵੱਲ ਆਉਂਦੇ ਹਾਂ ਕਿ ਖੜਗੇ ਕਮੇਟੀ ਬਣੀ, ਉਹਨਾਂ ਨੇ ਰਿਪੋਰਟ ਦੇਤੀ ਹੈ ਅਤੇ ਉਹ ਤੋਂ ਬਾਅਦ ਅੱਜ ਉਹਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣਾ ਸੀ, ਰਾਹੁਲ ਗਾਂਧੀ ਨਾਲ ਮੀਟਿੰਗ ਕਰਨੀ ਸੀ, ਤੁਹਾਨੂੰ ਲੱਗਦਾ ਜਿਹੜਾ ਪੰਜਾਬ ਦੇ ਵਿੱਚ ਕਲੇਸ਼ ਪਿਆ ਹੋਇਆ ਕਾਂਗਰਸ ਪਾਰਟੀ ਦੇ ਅੰਦਰ, ਉਹ ਖੜਗੇ ਕਮੇਟੀ ਉਹਨੂੰ ਹੱਲ ਕਰਨ ਦੇ ਵਿੱਚ ਸਫਲ ਹੋ ਜਾਵੇਗੀ? ਦੇਖੋ ਜਿਹੜਾ ਕਈ ਵਾਰੀ ਨਾ 1 ਲੱਖ ਆਪਰੇਸ਼ਨ ਕਰਨਾ ਜ਼ਰੂਰੀ ਵੀ ਨਹੀਂ ਹੁੰਦਾ, ਟਾਈਮ ਪਾ ਕੇ ਉਹਨੂੰ ਹੱਲ ਕਰਨਾ। ਕਾਂਗਰਸ ਦੇ ਕੋਲ ਅਲਟਰਨੇਟਿਵ ਕੋਈ ਨਹੀਂ ਉਹਨੂੰ ਹੱਲ ਕਰਨ ਤੋਂ ਸਿਵਾਏ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਵੀ ਦੋਨੇ, ਨਵਜੋਤ ਸਿੱਧੂ ਤਾਂ ਸ਼ਾਇਦ ਅਜੇ ਨਾ ਜਾਵੇ ਕਿਉਂਕਿ ਬੀਜੇਪੀ ਉਹਨਾਂ ਨੇ ਵੈਸੇ ਨਹੀਂ ਜਾਣਾ, ਉਹਨੂੰ ਛੱਡ ਕੇ ਆਇਆ, ਰਿਲੇਟਿਵਲੀ ਇਮਾਨਦਾਰ ਹੈ, ਬਿਮਾਰ ਹੋਇਆ ਤਾਂ ਇੱਕ ਬਿੱਲ ਨਹੀਂ ਲਿਆ, ਬਾਕੀ ਤਾਂ ਵੱਡੇ ਵੱਡੇ ਜਿਹੜੇ ਨੇ ਅਰਬਾਂ ਰੁਪਏ ਦੀ ਪ੍ਰੋਪਰਟੀ ਵਾਲੇ, ਸੈਂਕੜੇ ਅਰਬਾਂ ਰੁਪਏ, ਖਰਬਾਂ ਰੁਪਏ ਦੀ ਪ੍ਰੋਪਰਟੀ ਵਾਲੇ, ਉਹ ਵੀ ਬਾਹਰ ਇਲਾਜ ਕਰਕੇ ਬਿੱਲ ਸਾਰਾ ਲੈਂਦੇ ਨੇ ਸਰਕਾਰ ਤੋਂ, ਅਤੇ ਉਹ ਆਪ ਵਾਲਿਆਂ 'ਚ ਵੀ ਉਹਦਾ ਕੋਈ ਸਕੋਪ ਨਹੀਂ, ਅਕਾਲੀਆਂ 'ਚ ਉਹਨੇ ਵੈਸੇ ਨਹੀਂ ਜਾਣਾ, ਅਕਾਲੀ ਬੀਜੇਪੀ ਵੈਸੇ ਕੱਢ ਕੇ ਆਪ ਵਾਲਿਆਂ 'ਚ ਕੋਈ ਬਹੁਤਾ ਹੈ ਨਹੀਂ ਤੱਥ, ਕਿਉਂਕਿ ਉਹ ਕੇਜਰੀਵਾਲ ਤੋਂ ਉਦੋਂ ਵੀ ਉਹਨੇ ਉਹ ਨਵਜੋਤ ਸਿੱਧੂ ਨੂੰ ਭੇਖਾ ਰਹੇਗਾ। ਹੁਣ ਰਹਿ ਗਿਆ ਸਵਾਲ, ਦੇਖੋ ਨਵਜੋਤ ਸਿੱਧੂ ਤਾਂ ਇੱਥੇ ਰਹਿਣ ਦੇ ਵਾਸਤੇ ਉਹਨੂੰ ਰੱਖਣਾ ਚਾਹੀਦਾ ਹੈ, ਇਮਾਨਦਾਰ ਹੈ, ਵਧੀਆ ਬੰਦਾ ਹੈ, ਮਿਹਨਤ ਕਰਦਾ ਹੈ, ਅਤੇ ਐਤਕੀ ਨਹੀਂ ਤਾਂ ਅਗਲੇ ਵਾਰੀ ਕਦੇ ਤਾਂ ਸੀ ਐੱਮ ਉਹਨੇ ਬਣਨਾ ਹੀ ਆ ਕਾਂਗਰਸ 'ਚ, ਉਹ ਅਲਟਰਨੇਟਿਵ ਹੈਗਾ। ਪਰ ਜਿਹੜੇ ਕੈਪਟਨ ਸਾਹਿਬ ਨੇ ਪਹਿਲਾਂ ਪਿਛਲੇ ਸਾਲ ਉਹਨਾਂ ਨੇ ਕਹਿਤਾ ਸੀ ਵੀ ਮੈਂ ਤਾਂ ਛੱਡਤਾ ਜੀ, ਫਿਰ ਛੱਡਿਆ ਕਿਉਂ ਨਹੀਂ, ਵੀ ਹੁਣ ਐਤਕੀ ਕਿਉਂ ਦੁਬਾਰਾ ਕਹਿੰਦੇ ਵੀ ਮੈਂ ਤਾਂ ਚੋਣ ਲੜਨੀ ਹੈ। ਅਗਲੀ ਗੱਲ ਜਿਹੜੀ ਇਹਨਾਂ ਦੀ 5 ਸਾਲ ਦੀ ਕਾਰਗੁਜ਼ਾਰੀ ਉਹ ਵੀ ਦੇਖ ਲੈਣੀ ਚਾਹੀਦੀ ਹੈ ਵੀ ਕਿੰਨੀ ਕੁ ਹੈ, ਕਿ ਇਹਨਾਂ ਦੇ ਮੰਤਰੀ ਸੰਤਰੀਆਂ ਦੀ ਤਰ੍ਹਾਂ ਖੜੇ ਰਹਿੰਦੇ ਸੀ। ਇਹਦੇ 'ਚ ਤਾਂ ਕੋਈ ਨਵਜੋਤ ਸਿੱਧੂ ਨੂੰ ਪੁੱਛਣ ਦੀ ਲੋੜ ਨਹੀਂ, ਜਿਹੜਾ ਜਾ ਕੇ ਇੱਕ ਬਿਊਰੋਕਰੇਟ ਜਿਹੜਾ ਰਿਟਾਇਰੀ ਸੀ ਉਹਦੇ ਘਰੇ ਬੈਠ ਕੇ ਮੁੱਖ ਮੰਤਰੀ ਉਹਨਾਂ ਨੂੰ ਰਿਕੁਐਸਟ ਕਰਦੇ ਨੇ, ਉਹ ਹਰ ਵਾਰੀ ਰੋੜ ਦਿੰਦਾ ਰਿਹਾ ਵੀ ਮੈਂ ਤਾਂ ਛੱਡ ਦੇਣਾ, ਮੈਂ ਤਾਂ ਛੱਡ ਦੇਣਾ, ਕਿ ਉਹਦੇ ਕੋਲ ਹਾਲੇ ਕੱਢਦੇ ਰਹੇ ਕਿਸਮ ਦੇ, ਉਹਦੀ ਉਹਨੂੰ ਵੀ ਨਹੀਂ ਨਹੀਂ ਤੇਰੇ ਬਿਨਾਂ ਚੱਲਦਾ ਨਹੀਂ, ਇਹ ਕਿਵੇਂ ਹੈ, ਇਹ ਕਿੱਥੋਂ ਆਈ, ਕੀ ਬਿਊਰੋਕਰੇਟਾਂ ਨੇ ਸਰਕਾਰ ਚਲਾਉਣੀ ਹੈ ਜਾਂ ਜਿਹੜਾ ਹੈ ਸਿਆਸਤ ਨੇ ਸਰਕਾਰ ਚਲਾਉਣੀ, ਨੀਤੀਆਂ ਸਿਆਸਤ ਨੇ ਤੈਅ ਕਰਨੀਆਂ ਨੇ। ਅਗਲੀ ਗੱਲ, ਇਹ ਮੁੱਖ ਮੰਤਰੀ ਬਣੇ, ਇੱਕ ਇੱਕ ਦਿਨ ਦਾ ਦੋ ਦੋ ਦਿਨ ਦਾ ਇਜਲਾਸ ਕਰਿਆ, ਚਲੋ ਹੁਣ ਤਾਂ ਕੋਵਿਡ ਹੋ ਗਿਆ, ਕੋਵਿਡ ਤੋਂ ਪਹਿਲਾਂ ਇਹਨਾਂ ਨੇ ਕਦੇ ਕੋਸ਼ਿਸ਼ ਕਰੀ ਵੀ 117 ਮੇਰੇ ਸਵਾਏ ਇੱਕ ਦੇ ਕਿ ਕਿਸਾਨਾਂ ਦੇ ਅੰਦੋਲਨ ਦੇ ਉੱਤੇ 115 ਬੰਦਿਆਂ ਨੇ ਰੈਜ਼ੋਲਿਊਸ਼ਨ ਪਾਸ ਕਰਿਆ, ਇਕੱਠੇ ਹੋ ਕੇ ਉੱਥੇ ਦੇ ਕੇ ਆਏ। ਉਦੋਂ ਮੁੜ ਕੇ ਕੈਪਟਨ ਸਾਹਿਬ ਦੀ ਜ਼ਿੰਮੇ, ਕਿਉਂਕਿ ਰੂਲਿੰਗ ਪਾਰਟੀ ਦੀ ਜ਼ਿੰਮੇਵਾਰੀ ਸੀ ਨਾ ਉਹਨਾਂ ਨੂੰ ਇਕੱਠੇ ਰੱਖਣਾ ਆਪਦੇ ਨਾਲ, ਇਹਨਾਂ ਨੇ ਉਹਦੇ ਉੱਤੇ ਸਮਾਂ ਅਪਮੈਨ ਸ਼ੁਰੂ ਕਰਤੀ ਵੀ ਜਿਵੇਂ ਮੈਂ
ਵੀ ਉਹ ਵੀ ਤਾਂ ਨਾਲ ਰਲੇ ਨੇ, ਤੁਸੀਂ ਉਹਨਾਂ ਦੀ ਕਦਰ ਹੀ ਨਹੀਂ ਕਰ ਰਹੇ। ਇਹ ਜਿਹੜਾ ਰੈਜ਼ੋਲੂਸ਼ਨ ਪਾਸ ਕਰਿਆ ਉਹ ਵਿਧਾਨ ਸਭਾ ਨੇ ਪਾਸ ਕਰਿਆ, ਜਿਹੜੇ ਅਮੈਂਡਮੈਂਟਸ ਪਾਸ ਕਰੀਆਂ ਨੇ ਉਹ ਵਿਧਾਨ ਸਭਾ ਨੇ ਪਾਸ ਕਰੀਆਂ ਨੇ, ਉਹ ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਕਰੀਆਂ, ਉਹ ਸਰਕਾਰ ਲੈ ਕੇ ਆਈ ਹੈ ਉੱਥੇ ਇੱਕ ਸਰਕਾਰ ਦੇ ਤੌਰ 'ਤੇ। ਸੋ ਜਦ ਅਸੀਂ ਨਾ ਇਹ ਜਿਹੜੀਆਂ ਕਦਰਾਂ ਕੀਮਤਾਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵੀ ਸਾਡਾ ਜਿਹੜਾ ਪਾਰਲੀਮੈਂਟਰੀ ਸਿਸਟਮ ਹੈ, ਸਾਡੀ ਜਿਹੜੀ ਜਮਹੂਰੀਅਤ ਹੈ, ਉਹ ਇਹਨਾਂ ਗੱਲਾਂ ਦੇ ਉੱਤੇ ਚੱਲਦੀ ਹੈ ਕਿ ਅਸੀਂ ਵਿਰੋਧੀ ਦੀ ਕਦਰ ਵੀ ਕਰਦੇ ਹਾਂ, ਉਹਨੂੰ ਮੌਕਾ ਵੀ ਦਿੰਦੇ ਹਾਂ ਬੋਲਣ ਦਾ, ਉਹਨੂੰ ਆਲੋਚਨਾ ਦਾ ਟਾਈਮ ਵੀ ਦਿੰਦੇ ਹਾਂ। ਆਲੋਚਨਾ ਇੰਨੀ ਜ਼ਰੂਰੀ ਹੁੰਦੀ ਹੈ, ਜਿਸ ਡਾਕਟਰ ਨੂੰ ਮਰੀਜ਼ ਆ ਕੇ ਦੱਸੇ ਹੀ ਨਾ ਕਿ ਵੀ, ਜਾਂ ਡਾਕਟਰ ਸੁਣੀ ਨਾ, ਮਰੀਜ਼ ਕਹੇ ਮੈਂ ਠੀਕ ਨਹੀਂ ਹੋਇਆ, ਅਤੇ ਡਾਕਟਰ ਕਹੇ ਕੋਈ ਨਾ ਕੋਈ ਨਹੀਂ ਤੂੰ ਡਾਕਟਰ ਹੈ ਕਿ ਮੈਂ ਡਾਕਟਰ ਹਾਂ, ਉਹ ਮਰੀਜ਼ ਨੂੰ ਕਦੇ ਠੀਕ ਨਹੀਂ ਕਰ ਸਕਦਾ। ਸੋ ਕਬੀਰ ਸਾਹਿਬ ਨੇ ਆਖਿਆ, ਭਲੇ ਨਿੰਦੋ ਭਲੇ ਨਿੰਦੋ, ਭਲੇ ਨਿੰਦੋ ਮੋਕੋ ਲੋਗ ਰੇ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਕ ਮੈਂ ਹੈ ਹਮਰਾ ਮੀਤ, ਨਿੰਦਕ ਹੈ ਸੋ ਹਮਰਾ ਮੀਤ, ਨਿੰਦਕ ਮੈਂ ਹੈ ਹਮਰਾ ਚੀਤ। ਯਾਨੀ ਕਿ ਜਿਹੜਾ ਤੁਹਾਡੀ ਆਲੋਚਨਾ ਕਰਦਾ ਹੈ ਉਹਦਾ ਧਿਆਨ ਰੱਖੀ ਦੇ, ਇਹਨਾਂ ਨੇ ਤਾਂ ਆਲੋਚਨਾ ਨੂੰ ਵਰਡ ਆਫ ਕਰਨਾ ਸ਼ੁਰੂ ਕਰਤਾ, ਇਹ ਤਾਂ ਆਲੋਚਨਾ ਸੁਣਦੇ ਹੀ ਨਹੀਂ ਹੈਗੇ। ਇਹ ਤਾਂ ਅਸੈਂਬਲੀ ਦੇ ਵਿੱਚ ਇਕੱਠੇ ਹੋ ਕੇ ਮੈਨੂੰ ਇੱਕ ਦਿਨ ਦੱਸਦੇ ਕਾਂਗਰਸ ਸਰਕਾਰ ਵੀ ਇਹਨਾਂ ਨੇ ਅਸੈਂਬਲੀ ਦੇ ਵਿੱਚ ਯਤਨ ਕਰਿਆ ਹੋਵੇ ਕਿ ਜੀ ਆਓ ਆਪਾਂ ਅੱਜ ਨਸ਼ਿਆਂ 'ਤੇ ਇੱਕ ਦਿਨ ਲਾਉਂਦੇ ਹਾਂ ਕਿ ਪੰਜਾਬ 'ਚ ਨਸ਼ਿਆਂ ਦਾ ਕੀ ਹੱਲ ਕਰਨਾ। ਇਹਨਾਂ ਨੇ ਕਲੇਮ ਕਰਿਆ ਸੀ ਨਾ ਵੀ ਅਸੀਂ ਲੱਕ ਤੋੜ ਦਾਂਗੇ ਫਲਾਣੇ, ਇਹ ਕਲੇਮ ਤਾਂ ਕਰਦੇ ਰਹੇ। ਇਹਨਾਂ ਦੇ ਜਿਹੜੇ ਮੁਸਤਫਾ ਸਾਹਿਬ ਸੀ ਉਹਨਾਂ ਨੇ ਵੀ ਕਹਿਤਾ ਲੱਕ ਤੋੜਤਾ, ਪਰ ਟੁੱਟਿਆ ਤਾਂ ਹੈ ਨਹੀਂ, ਸਭ ਨੂੰ ਪਤਾ ਸੀ। ਦੂਜਾ ਇਹ ਕਲੇਮ ਕਰਦੇ ਰਹੇ ਕਿ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ, ਉਹਦੇ ਉੱਤੇ ਇੱਕ ਦਿਨ ਲਾ ਲੈਂਦੇ ਪੂਰਾ ਵੀ ਭਾਈ ਆਪਾਂ ਨੇ ਕੋਈ ਕ੍ਰਿਟੀਸਿਜ਼ਮ ਨਹੀਂ ਕਰਨਾ, ਆਪਾਂ ਰਾਏ ਦੇਣੀ ਆ ਵੀ ਕਿਵੇਂ ਦਿੱਤਾ ਜਾ ਸਕਦਾ ਰੁਜ਼ਗਾਰ, ਔਰ ਆਪੋਜੀਸ਼ਨ ਵੀ ਰਾਏ ਦੇਵੇ ਆਪਣੀ, ਕਿਉਂਕਿ ਆਪੋਜੀਸ਼ਨ 'ਚ ਆਪ ਵਾਲਿਆਂ ਨੇ ਕਿਹਾ ਸੀ ਅਸੀਂ 20 ਲੱਖ ਨੂੰ ਰੁਜ਼ਗਾਰ ਦੇ 25 ਲੱਖ ਨੂੰ ਦੇਵਾਂਗੇ, ਅਕਾਲੀਆਂ ਨੇ ਕਿਹਾ ਸੀ ਅਸੀਂ 20 ਲੱਖ ਨੂੰ ਦੇਵਾਂਗੇ, ਵੀ ਤੁਸੀਂ ਵੀ ਦੱਸ ਦਿਓ ਭਾਈ ਕਿਵੇਂ ਦਿੱਤਾ ਜਾ ਸਕਦਾ ਉਹ, ਤਾਂ ਕਿ ਆਪਾਂ ਇਸ ਨੂੰ ਲਾਗੂ ਕਰ ਦਈਏ, ਉਹ ਵੀ ਨਹੀਂ ਕਰਿਆ। ਤੀਜਾ ਜਿਹੜਾ ਸਭ ਤੋਂ ਥੱਲੇ ਸਾਡੀ ਜਿਹੜਾ ਅਰਥਚਾਰਾ ਅੱਜ ਡੁੱਬ ਰਿਹਾ, ਸਾਡਾ ਅਰਥਚਾਰਾ ਇਸ ਕਰਕੇ ਨਹੀਂ ਡੁੱਬ ਰਿਹਾ ਕਿ ਸਾਡੇ ਸਮਾਨ ਪੈਦਾ ਨਹੀਂ ਹੋ ਰਿਹਾ, ਕਾਰਖਾਨਾ ਜਿਹੜਾ ਸਾਡਾ ਇੰਡਸਟਰੀ ਕ੍ਰਾਈਸਿਸ ਹੈ, ਸਾਡੀ ਇੰਡਸਟਰੀ ਕ੍ਰਾਈਸਿਸ 'ਚ ਇਸ ਕਰਕੇ ਉਹਦਾ ਸਮਾਨ ਨਹੀਂ ਵਿਕ ਰਿਹਾ। ਪਿੱਛੇ ਤੁਸੀਂ ਸੁਣਿਆ ਹੋਊਗਾ ਕਾਰਾਂ ਦਾ, ਈਵਨ ਸਕੂਟਰ ਨਹੀਂ ਵਿਕ ਰਿਹਾ ਸੀ, ਹੁਣ ਸਕੂਟਰ ਤਾਂ ਅੱਜ ਕੱਲ੍ਹ ਕਾਮਨਮੈਨ ਦੀ ਸਵਾਰੀ ਹੋ ਗਿਆ ਨਾ, ਉਹ ਤਾਂ ਜ਼ਿਆਦਾ ਉਹ ਨਹੀਂ ਜੇ ਵਿਕ ਰਹੇ ਸੀ, ਉਹਨਾਂ ਦੀ ਸੇਲ ਘੱਟ ਗਈ, ਟੈਂਪੂਆਂ ਦੀ ਆਟੋ ਦੀ ਸੇਲ ਘੱਟ ਗਈ ਸੀ, ਆਟੋ 3-wheeler ਤਾਂ ਲੈਂਦੇ ਵਿਚਾਰਾ ਗਰੀਬ ਆਦਮੀ ਹੈ। ਸੋ ਇਹ ਜੇ ਇੱਡੀ ਜ਼ਿਆਦਾ ਇੰਡਸਟਰੀ ਦੇ ਵਿੱਚ ਸਪਲਾਈ ਸਾਈਡ ਨਹੀਂ, ਅਸਲ 'ਚ ਡਿਮਾਂਡ ਘਟੀ ਹੋਈ ਹੈ। ਅਸੀਂ ਜਿੰਨਾ ਵੀ ਪੈਸਾ ਲਾ ਰਹੇ ਹਾਂ, ਜਿਹੜੀ ਵੀ ਸਕੀਮ ਲੈ ਕੇ ਆਉਂਦੇ ਹਾਂ, ਉਹ ਡਿਮਾਂਡ ਦੀ ਬਜਾਏ ਸਪਲਾਈ ਸਾਈਡ ਦੇ ਉੱਤੇ ਲਾ ਦਿੰਦੇ ਹਾਂ ਉਹ ਸਾਰੀ ਸਕੀਮ, ਚਾਹੇ MSME ਹੈ, ਹਾਲਾਂਕਿ ਉਹਦੀ ਵੀ ਫਾਇਦਾ ਹੈ। ਸੋ ਅਸੀਂ ਜਿਹੜਾ ਨਾ ਤਾਂ ਅਰਥਚਾਰੇ ਨੂੰ ਠੀਕ ਤਰੀਕੇ ਹੈਂਡਲ ਕਰਦੇ ਹਾਂ, ਨਾ ਅਸੀਂ ਉਹਦੇ ਉੱਤੇ ਵਿਧਾਨ ਸਭਾ ਹੁੰਦੀ ਹੈ ਚਰਚਾ ਕਰਨ ਵਾਸਤੇ। ਅਸੀਂ 3-4 ਮੁੱਦਿਆਂ ਦੇ ਉੱਤੇ, ਐਜੂਕੇਸ਼ਨ ਦੇ ਉੱਤੇ, SSC ਸਕਾਲਰਸ਼ਿਪ ਦੇ ਉੱਤੇ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਜਾਂ ਜਿਹੜੀ ਜਮਹੂਰੀਅਤ ਨਾਲ ਕਿਵੇਂ ਗੱਲ ਕਰੀ ਜਾਵੇ, ਵਿਰੋਧੀ ਪਾਰਟੀਆਂ ਦਾ ਜਿਹੜਾ ਰਾਈਟ ਹੈ ਕਿ ਉਹਨਾਂ ਦੇ MLA ਦੀ ਕੁਛ ਹੁੰਦਾ ਹੀ ਨਹੀਂ ਬਿਲਕੁਲ ਹੀ, ਉਹ ਕਿਵੇਂ ਹੱਲ ਕਰਿਆ ਜਾਵੇ, ਜਿਹੜਾ ਪ੍ਰੋਟੋਕੋਲ ਹੈ MLA ਵਰਸਸ ਚੀਫ ਸੈਕਟਰੀ ਉਹ ਕਿਵੇਂ ਹੱਲ ਕਰਿਆ ਜਾਵੇ, DC MLA ਨੂੰ ਭਜਾ ਦਿੰਦੇ ਨੇ, ਜਦਕਿ MLA ਦਾ ਪ੍ਰੋਟੋਕੋਲ ਚੀਫ ਸੈਕਟਰੀ ਦੇ ਬਰਾਬਰ ਹੈ। ਸੋ ਇਹਨਾਂ ਗੱਲਾਂ ਦੇ ਵਿੱਚ ਸਾਨੂੰ ਅਸੈਂਬਲੀ ਦੇ ਵਿੱਚ ਬੈਠ ਕੇ ਗੱਲਾਂ ਤੈਅ ਕਰਨੀਆਂ ਚਾਹੀਦੀਆਂ ਸੀ। ਅਸੀਂ ਉੱਥੇ ਇੱਕ ਦੂਜੇ ਨੂੰ ਬਲੇਮ ਕਰਦੇ ਹਾਂ, ਸਾਨੂੰ ਦੇਖਣਾ ਚਾਹੀਦਾ ਵੀ ਕ੍ਰਾਈਮ ਕਿਉਂ ਵੱਧ ਰਿਹਾ ਪੰਜਾਬ 'ਚ, ਪੰਜਾਬ ਦਾ ਐਗਰੀਕਲਚਰ ਕਿੱਧਰ ਨੂੰ ਜਾ ਰਿਹਾ, ਪੰਜਾਬ ਦੇ ਕਿਸਾਨ ਸੁਇਸਾਈਡ ਕਿਉਂ ਕਰ ਰਹੇ ਨੇ, ਪੰਜਾਬ ਦੇ ਨੌਜਵਾਨ ਨੂੰ ਨੌਕਰੀ ਕਿਉਂ ਨਹੀਂ ਮਿਲ ਰਹੀ। ਸੋ ਇਸ ਬਾਹਰ ਕਿਉਂ ਭੱਜ ਰਿਹਾ, ਇਹ ਸਾਰਾ ਕੁਛ ਕ੍ਰਾਈਮ ਕਿਉਂ ਹੋ ਰਿਹਾ, ਗੈਂਗਸਟਰ ਕਿਉਂ ਬਣ ਰਹੇ ਨੇ, ਇਹਨਾਂ ਦੀ ਚਰਚਾ ਕਰਨੀ ਬਣਦੀ ਸੀ। ਉਹ ਚਰਚਾ ਕਿਹਨੇ ਕਰਨੀ, ਇਹਨਾਂ ਦਾਨਸ਼ਮੰਦਾਂ ਨੇ ਜਿਹੜੇ 117 ਨੂੰ ਅਸੀਂ ਚੁਣ ਕੇ ਭੇਜਿਆ ਕਿ ਭਾਈ ਤੁਸੀਂ ਸਾਡੇ ਮਸਲੇ ਹੱਲ ਕਰੋਗੇ, ਤੁਸੀਂ ਦਿਮਾਗ ਨਾਲ ਸੋਚੋਗੇ, ਆਪਸ 'ਚ ਰਾਏ ਕਰਕੇ ਤੁਸੀਂ ਇੱਕ ਨੀਤੀ ਬਣਾਓਗੇ। ਉਹ ਨੀਤੀ ਤਾਂ ਬਣਾਈ ਨਹੀਂ, ਇੱਕ ਵਾਰੀ ਨੀਤੀ, ਇੱਕ ਲਾਈਨ 'ਚ ਮੈਂ ਕਹਾਂਗਾ, ਇੱਕ ਨੀਤੀ ਬਣਾਉਣ ਦੀ ਕੋਸ਼ਿਸ਼ ਕਰੀ ਕਿਸਾਨਾਂ ਦੇ ਸੁਇਸਾਈਡ 'ਤੇ। ਉਹਦੇ 'ਚ ਆਪ ਵਾਲਿਆਂ ਦਾ ਬੰਦਾ ਵੀ ਸੀ, ਉਹਦੇ 'ਚ ਅਕਾਲੀ ਦਲ ਦਾ ਵੀ ਸੀ, ਅਤੇ 3 ਸੀਗੇ ਕਾਂਗਰਸ ਦੇ, ਜਿਹਨਾਂ 'ਚ ਹੁਣ ਜਿਹੜਾ ਚੇਅਰਮੈਨ ਸੀ ਉਹ ਹੁਣ ਮੰਤਰੀ ਨੇ ਸੁਖ ਸਰਕਾਰੀ, ਅਤੇ ਉਹਨਾਂ ਨੇ ਕਿਹਾ ਵੀ ਜੈਕ ਫਰੂਟ ਲਾਉਣ, ਕਿਸਾਨ ਤਾਂ ਜਿਹੜੇ ਨੇ ਕਹਿੰਦਾ ਵੱਡੀਆਂ ਕੋਠੀਆਂ ਪਾ ਲੈਂਦੇ ਤਾਂ ਕਰਜ਼ਾਈ ਹੁੰਦੇ ਨੇ। ਇਹਦਾ ਮਤਲਬ ਇਹਨਾਂ ਨੇ ਦੇਖੇ ਨਹੀਂ ਵੀ ਕਿਸਾਨ ਕਰਜ਼ਾਈ ਕਿਹੜੇ ਨੇ, ਅਤੇ ਉਹਦੇ ਵਿਚਾਰੇ ਦੇ ਘਰ ਨਹੀਂ ਹੈਗਾ। ਮੈਂ ਇੱਥੇ ਮਾਨਸਾ 'ਚ, ਬਰਨਾਲੇ 'ਚ, ਬਠਿੰਡੇ 'ਚ, ਮੋਗੇ 'ਚ, ਸੰਗਰੂਰ 'ਚ, ਪਟਿਆਲੇ 'ਚ ਇਹਨਾਂ ਦੀਆਂ ਕਾਨਫਰੰਸ ਜਾ ਕੇ ਆਇਆ। ਡਾਕਟਰ ਸਾਹਿਬ ਉਹ ਤਾਂ ਵੱਡਾ ਵਿਸ਼ਾ, ਉਹਦੇ 'ਤੇ ਬਾਰੇ ਕਿਸੇ ਵੇਲੇ ਫੇਰ ਕਰਾਂਗੇ। ਤੁਸੀਂ ਜਿਹੜੀ ਅਸੀਂ ਇਹਦਾ ਕੋਈ ਹੱਲ ਨਿਕਲਣ ਦੀ ਪੋਸੀਬਿਲਿਟੀ ਹੈਗੀ ਕਿ ਨਹੀਂ ਹੈਗੀ ਜੋ ਕਾਂਗਰਸ ਦੇ ਵਿੱਚ ਹੋਇਆ, ਇਹਦੇ 'ਤੇ ਇੱਕ ਮਿੰਟ 'ਚ ਤੁਸੀਂ ਆਪਣੀ ਗੱਲ ਜਿਹੜੀ ਨਾ। ਮੇਰੀ ਅੰਡਰਸਟੈਂਡਿੰਗ ਇਹ ਹੈ ਵੀ ਇਹਦਾ ਹੱਲ ਨਿਕਲੇਗਾ, ਕਿਉਂਕਿ ਕੈਪਟਨ ਨੂੰ ਵੀ ਪਤਾ ਹੈ ਕਿ ਮੈਂ ਕੀ ਕਰਨਾ ਅਤੇ ਮੇਰੀ ਕਿੰਨੀ ਕੁ ਹੋਸ਼ ਇਹ ਹੈਗੀ ਆ। ਅਜੇ ਇਹਨਾਂ ਦੀ ਆਪਸੀ ਤਣਾਤਣੀ ਚੱਲ ਰਹੀ ਹੈ, ਕੈਪਟਨ ਆਪਦੇ 5 MP ਭੇਜਤੇ ਜੀ, ਅਤੇ ਜੇ 5 ਭੇਜੇ ਨੇ ਬਾਕੀ 3 ਕਿੱਥੇ ਗਏ, ਉਹ 3 ਤੱਕ ਚਾਹੀਦਾ ਮਤਲਬ ਵੱਖਰੇ ਨੇ ਨਾ, ਨਹੀਂ ਤਾਂ 8 ਜਾਂਦੇ। ਸੋ 5 MP ਭੇਜੇ, ਅਤੇ ਫਿਰ ਉਹ ਕਹਿੰਦੇ ਵੀ ਇਹਨਾਂ ਨੇ ਖਹਿਰਾ ਸਾਹਿਬ ਨੂੰ ਜਿਹੜਾ ਰਲਾਇਆ ਅਤੇ 2 ਕਮਾਂਡੋ ਹੋਰਾਂ ਨੂੰ ਉਹ ਰਲਾ ਕੇ ਵੀ ਸ਼ਾਇਦ ਆਪਦਾ ਵੇਟ ਵਧਾਉਣਾ, ਅਤੇ ਉਹ ਸਾਰਾ ਕੁਛ ਚੱਲ ਰਿਹਾ। ਪਰ ਮੈਨੂੰ ਲੱਗਦਾ ਵੀ ਇਹਦਾ ਹੱਲ ਨਿਕਲੇਗਾ, ਕਿਉਂਕਿ ਇਹਨਾਂ ਕੋਲ ਹੋਰ ਕੋਈ ਅਲਟਰਨੇਟਿਵ ਨਹੀਂ ਹੈ। ਠੀਕ ਠੀਕ ਸੋ ਡਾਕਟਰ ਸਾਹਿਬ ਤੁਹਾਡਾ ਇਹ ਸਾਡੇ
असी अपने दर्शकों को आग्या लेने बहुत बहुत धन्यवाद।